ਆਰੀਓ ਪਹਿਲਾਂ ਤੇ ਦੱਸੋ ਵੀ ਜਿਹੜੇ ਲੜਾਈ ਝਗੜਿਆਂ 'ਚ ਤੁਸੀਂ ਕਿਵੇਂ ਪਏ ਸੀ ਤੇ ਫਿਰ ਉਹ ਤੋਂ ਵਾਪਸ ਕਿਵੇਂ ਆਏ? ਡੀਏਵੀ ਕਾਲਜ ਮੇਰੀ ਐਡਮਿਸ਼ਨ ਸੀ, ITI ਮੇਰੀ ਐਡਮਿਸ਼ਨ ਸੀ, ਪੋਲੋਟੈਕਨਿਕ ਮੇਰੀ ਐਡਮਿਸ਼ਨ ਸੀ। 2 ਸਾਲ ਮਾਲਵਾ ਕਾਲਜ 'ਚ ਮੈਂ ਲਾਏ, ਪੇਪਰ ਕਦੇ ਨਹੀਂ ਦਿੱਤੇ। ਜਿਹੜੀ ਫੁਕਰਪਣੇ ਵਾਲੇ ਹੁੰਦੇ ਨਾ ਲੜਾਈ, ਵੀ ਮੇਰੇ ਦੋਸਤ ਨੂੰ ਸਾਨੂੰ ਅੱਖਾਂ ਕੱਢਤੀਆਂ, ਉਹਦੇ ਪਿੱਛੇ ਮੈਂ ਕੁੱਟ ਵੀ ਬਹੁਤ ਖਾਧੀ, ਐਂ ਨਹੀਂ ਵੀ ਮੈਂ ਬਾਹਲਾ ਤਕੜਾ ਬੈਲੀ ਸੀ, ਕੁੱਤੇ ਵੀ ਬਹੁਤ ਆ। ਮੇਰੀ ਮਾਂ ਬਹੁਤ ਰੋਂਦੀ ਰਹੀ ਹੈ, ਮੈਨੂੰ ਅੱਜ ਵੀ ਅਫਸੋਸ ਆ ਉਸ ਗੱਲ ਦਾ। ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਸੀ। ਕਿੰਨੇ ਕੁ ਵਾਰੀ ਜੇਲ੍ਹ ਗਏ ਜਾਂ ਆਪਾਂ ਕਹਿ ਦਈਏ ਕਿੰਨੇ ਕੁ ਮਾਮਲੇ ਦਰਜ ਹੋਏ? ਮੇਰੇ ਖਿਆਲ 'ਚ ਮੈਂ 6-7 ਵਾਰੀ ਜੇਲ੍ਹ ਗਿਆ ਹੋਊਂਗਾ ਅਤੇ 6-7 ਮਾਮਲੇ ਵੀ ਦਰਜ ਸੀ, ਪਰ ਪਰਮਾਤਮਾ ਦਾ ਸ਼ੁਕਰ ਹੈ ਮੈਂ ਸਾਰਿਆਂ 'ਚੋਂ ਬਰੀ ਹਾਂ। ਜਦੋਂ ਵਿਆਹ ਕਰਾਇਆ ਉਦੋਂ ਹਾਲਾਤ ਕਿਹੋ ਜਿਹੇ ਸੀ? ਉਹਦਾ ਲੜਾਈ ਝਗੜਿਆ ਕਿ ਸੀ ਕਿ ਉਦੋਂ ਵੀ ਮਤਲਬ ਉਹਨਾਂ ਤੋਂ ਪਾਸੇ ਆ ਗਈ? ਮੰਨ ਲਓ ਇਹਨਾਂ ਦਾ ਕੋਈ ਦੋਸਤ ਹੈ, ਉਹਦੀ ਭੈਣ ਨੂੰ ਕੋਈ ਛੇੜ ਰਿਹਾ, ਗਲਤ ਕਹਿ ਰਿਹਾ, ਇਹ ਪਿੱਛੇ ਹੋ ਜਾਣਗੇ ਤੇ ਸ਼ਰਮ ਦੀ ਗੱਲ ਹੈ ਵੀ ਇੱਕ ਸਿੱਖ ਹੋਣ ਦੇ ਬਾਵਜੂਦ ਤੂੰ ਯਾਰ ਕਿਸੇ ਦੀ ਰੱਖਿਆ ਨਹੀਂ ਕਰ ਰਿਹਾ। ਮੈਨੂੰ ਤਾਂ ਕਈ ਵਾਰ ਐਂ ਲੱਗਦਾ ਵੀ ਪਰਮਾਤਮਾ ਸਪੈਸ਼ਲ ਇਹਨਾਂ ਵਾਸਤੇ ਬੈਠਾ ਵੀ ਰਾਹ ਤੋਂ ਕੰਮ ਕਰ ਲੈ, ਇੱਥੇ ਕੋਈ ਡਿੰਗਾ ਲਾਉਣਾ, ਇੱਥੇ ਕੋਈ ਅਰਚਨ ਕਰਨੀ, ਮੈਂ ਇਹਨਾਂ 'ਚ ਉਹ ਹਿੰਮਤ ਹੈ ਵੀ ਮੈਂ ਇਹਨੂੰ ਕਹਿੰਦੀ ਯਾਰ ਤੁਹਾਨੂੰ ਇੰਨੇ ਕੰਮ ਆਉਂਦੇ, ਸਾਨੂੰ ਤਾਂ ਕੁਛ ਆਉਂਦੇ ਨਹੀਂ, ਇਹਨਾਂ ਨੂੰ ਦੇਖ ਕੇ ਮੈਨੂੰ ਖੁਦ ਗਿਲਟ ਮਹਿਸੂਸ ਹੁੰਦਾ। ਖੜਦਾ ਉਹੀ ਹੈ, ਮਰਦਾ ਉਹੀ ਹੈ ਯਾਰਾਂ ਦੋਸਤਾਂ ਨੂੰ ਵੀ, ਜਿਹਦੇ ਅੰਦਰ ਥੋੜ੍ਹਾ ਜਿਹਾ ਜਾਨ ਹੋਵੇ, ਨਹੀਂ ਤਾਂ ਬੋਡੀ ਬਿਲਡਰ ਵੀ ਕਈ ਤੁਰੇ ਫਿਰਦੇ ਬਸ ਕੋਕੇ ਹੀ ਅੰਦਰੋਂ, ਬਾਹਰ ਕੁਛ ਹੈ ਨਹੀਂ। ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ। ਅਸੀਂ ਬਠਿੰਡਾ ਦੇ ਥਰਮਲ ਪਲਾਂਟ ਭਾਵ ਕੇ ਝੀਲਾਂ ਕੋਲੇ ਖੜੇ ਹਾਂ, ਜਿਸ ਤੇ ਪ੍ਰੀਤ ਬਰਾੜ ਦਾ ਬਹੁਤ ਹੀ ਮਕਬੂਲ ਗਾਣਾ ਸੀ, ਝੀਲਾਂ ਕੋਲ ਬਠਿੰਡੇ ਕੋਠੀ ਪਾਦੇ ਵੀ ਮਾਈਆ। ਪਰ ਆਪਣਾ ਗਾਣੇ ਨਾਲ ਨਹੀਂ, ਅੱਜ ਬਹੁਤ ਸਾਰੇ ਨੌਜਵਾਨ ਇਸ ਝੀਲਾਂ ਦੇ ਆਸ ਪਾਸ ਆ ਜਿਹੜੇ ਵੱਖਰੇ ਵੱਖਰੇ ਤਰ੍ਹਾਂ ਦੇ ਕੰਮ ਕਰਦੇ ਨੇ, ਆਪਣਾ ਰੁਜ਼ਗਾਰ ਕਰਦੇ ਨੇ, ਪਰ ਅੱਜ ਤੁਹਾਨੂੰ ਉਸ ਨੌਜਵਾਨ ਨਾਲ ਮਿਲਾਵਾਂਗੇ ਜਿਹੜਾ ਪਿਛਲੇ ਸਮੇਂ ਵਿੱਚ ਜਾਂ ਆਪਾਂ ਕਹਿ ਦਈਏ ਜਵਾਨੀ ਵਿੱਚ ਬਹੁਤ ਸਾਰੇ ਗਲਤ ਕੰਮਾਂ 'ਚ, ਜਿਵੇਂ ਨਸ਼ਾ ਕਹਿ ਲਈਏ ਚਾਹੇ ਲੜਾਈ ਝਗੜਿਆਂ 'ਚ ਪੈ ਗਿਆ ਸੀ, ਪਰ ਹੁਣ ਉਹ ਜ਼ਿੰਦਗੀ ਉਸਨੇ ਬਦਲ ਲਈ ਹੈ ਅਤੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਵੀ ਉਸਨੇ ਜਿਹੜੀ ਛੋਟੇ ਹਾਥੀ ਦੀ ਰੇਹੜੀ ਬਣਾ ਕੇ ਅਤੇ ਦੋਨੋਂ ਹੀ ਪਰਿਵਾਰ ਦਾ ਪਤੀ ਪਤਨੀ ਉਹ ਵਧੀਆ ਤਰੀਕੇ ਨਾਲ ਕੰਮ ਚਲਾ ਰਹੇ ਨੇ ਔਰ ਆਪਣਾ ਰੁਜ਼ਗਾਰ ਆ ਜਿਹੜਾ ਚਲਾ ਰਹੇ ਨੇ, ਭਾਵੇਂ ਕਿ ਬਹੁਤ ਸਾਰੇ ਨੌਜਵਾਨ ਆ ਜਿਹੜੇ ਕਿਸੇ ਨਾ ਕਿਸੇ ਸਮੇਂ 'ਚ ਪੈ ਜਾਂਦੇ ਨੇ ਪਰ ਬਾਅਦ ਵਿੱਚ ਮੁੜ ਆਉਂਦੇ ਨੇ, ਪਰ ਮੁੜਨ ਦਾ ਕਈ ਵਾਰੀ ਤਾਂ ਲੋਕ ਇਹ ਕਹਿੰਦੇ ਨੇ ਵੀ ਬਾਅਦ ਵਿੱਚ ਮੁੜਨ ਦਾ ਫਾਇਦਾ ਨਹੀਂ, ਉਦੋਂ ਨੂੰ ਬਹੁਤ ਸਾਰਾ ਨੁਕਸਾਨ ਹੋ ਜਾਂਦਾ, ਪਰ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਭਾਵੇਂ ਜਦੋਂ ਮਰਜ਼ੀ ਮੁੜਿਆਵੇ ਆਦਮੀ ਨੂੰ ਮੁੜੇ ਆਉਣਾ ਚਾਹੀਦਾ ਤਾਂ ਕਿ ਲੋਕਾਂ ਲਈ ਜਿਹੜੀ ਨਸੀਹਤ ਬਣਨਾ ਚਾਹੀਦਾ, ਕਿਉਂਕਿ ਅੱਜ ਉਸ ਨੌਜਵਾਨ ਨਾਲ ਗੱਲਬਾਤ ਵੀ ਕਰਵਾਵਾਂਗੇ ਜਿਹੜੇ ਵੱਲੋਂ ਇਸ ਜਿਹੜੇ ਕੰਮ ਨੂੰ ਤੋਰਿਆ ਗਿਆ, ਕਿਉਂਕਿ ਉਸਨੇ ਉਹ ਪਿਛਲੇ ਸਮੇਂ ਵੀ ਜਿਹੜੀਆਂ ਬਹੁਤ ਸਾਰੀਆਂ ਸਟੋਰੀਆਂ ਕੀਤੀਆਂ ਉਹਦੀਆਂ ਜਿਹੜੀਆਂ ਵੱਖ ਵੱਖ ਤਰ੍ਹਾਂ ਦੇ ਕੰਮ ਕੀਤੇ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਗੁਰਤੇਜ ਸਿੰਘ ਜੀ। ਗੁਰਤੇਜ ਸਿੰਘ ਜੀ, ਅਸੀਂ ਵੀਡੀਓ ਸੁਣਿਆ ਵੀ ਜਿਹੜਾ ਤੁਸੀਂ ਬਹੁਤ ਸਾਰੇ ਗਲਤ ਕੰਮਾਂ 'ਚ ਪੈ ਗਏ ਸੀ, ਲੜਾਈ ਝਗੜਿਆਂ 'ਚ ਜਾਂ ਨਸ਼ਿਆਂ 'ਚ, ਪਰ ਹੁਣ ਤੁਸੀਂ ਉਸ ਵੱਲੋਂ ਮੁੜ ਕੇ ਆਪਣਾ ਜਿਹੜਾ ਰੁਜ਼ਗਾਰ ਚਲਾ ਕੇ ਜਿਹੜਾ ਵਧੀਆ ਪਰਿਵਾਰ ਦੇ ਨਾਲ ਜਿਹੜਾ ਕਾਰੋਬਾਰ ਚਲਾ ਰਹੇ ਹੋ, ਪਹਿਲਾਂ ਤਾਂ ਦੱਸੋ ਵੀ ਜਿਹੜੇ ਲੜਾਈ ਝਗੜਿਆਂ 'ਚ ਤੁਸੀਂ ਕਿਵੇਂ ਪਏ ਸੀ ਅਤੇ ਫਿਰ ਉਹ ਤੋਂ ਵਾਪਸ ਕਿਵੇਂ ਆਏ? ਕੁਝ ਖੁੱਲ੍ਹ ਸੀਗੀ ਘਰੋਂ, ਘਰਦਿਆਂ ਨੂੰ ਅਸੀਂ ਸਾਡੇ ਜਵਾਕ ਨੂੰ ਜੋ ਚਾਹੀਦਾ ਅਸੀਂ ਦਈਏ, ਘੱਟ ਪੜ੍ਹੇ ਲਿਖੇ ਸੀਗੇ, ਕਾਲਜਾਂ ਤੱਕ ਮੈਂ ਆਪਦੀਆਂ ਆਪ ਐਡਮਿਸ਼ਨਾਂ ਕਰਾਈਆਂ। ਤੁਸੀਂ ਯਕੀਨ ਮੰਨੋ ਮੈਂ ਹਰ ਸਾਲ ਨਵੇਂ ਕਾਲਜ, ਡੀਏਵੀ ਕਾਲਜ ਤੋਂ ਸ਼ੁਰੂ ਹੋਇਆ ਸੀ, ਡੀਏਵੀ ਕਾਲਜ ਮੇਰੀ ਐਡਮਿਸ਼ਨ ਸੀ, ITI ਮੇਰੀ ਐਡਮਿਸ਼ਨ ਸੀ, ਪੋਲੋਟੈਕਨਿਕ ਮੇਰੀ ਐਡਮਿਸ਼ਨ ਸੀ, 2 ਸਾਲ ਮਾਲਵਾ ਕਾਲਜ 'ਚ ਮੈਂ ਲਾਏ, ਪੇਪਰ ਕਦੇ ਨਹੀਂ ਦਿੱਤੇ, ਕਿਉਂਕਿ ਬਸ ਮੈਨੂੰ ਐਂ ਹੁੰਦਾ ਸੀ ਅਗਲੇ ਸਾਲ ਪੈਸੇ ਲੈਣੇ, ਉਹ ਸਾਰਾ ਸਾਲ ਮੈਂ ਪੈਸੇ ਲੈ ਕੇ ਖਾਈ ਜਾਊਂਗਾ, ਖਾਈ ਗਿਆ। ਯਾਰੀਆਂ ਦੋਸਤੀਆਂ ਇਹੋ ਜਿਹੀਆਂ ਸੀ, ਇੱਕ ਉਦੋਂ ਜਵਾਨੀ ਸੀਗੀ ਵੀ ਐਂ ਲੱਗਦਾ ਹੁੰਦਾ ਸੀ ਵੀ ਘਰਦਿਆਂ ਨੂੰ ਬੇਵਕੂਫ ਬਣਾਤਾ, ਬਹੁਤ ਵੱਡਾ ਕੰਮ ਕਰਤਾ, ਮੈਂ 5,000 ਖਾ ਗਿਆ, ਮੈਂ 10,000 ਖਾ ਗਿਆ,
ਪਰ ਨਸ਼ਿਆਂ 'ਚ ਤਾਂ ਮੈਂ ਮਤਲਬ ਘੱਟ ਸੀ। ਆਹ ਜਿਹੜੀ ਫੁਕਰਪਣੇ ਵਾਲੇ ਹੁੰਦੇ ਨਾ ਲੜਾਈ, ਵੀ ਮੇਰੇ ਦੋਸਤ ਨੂੰ ਆ ਸਾਨੂੰ ਅੱਖਾਂ ਕੱਢਤੀਆਂ, ਉਹਦੇ ਪਿੱਛੇ ਮੈਂ ਕੁੱਟ ਵੀ ਬਹੁਤ ਖਾਧੀ, ਐਂ ਨਹੀਂ ਵੀ ਮੈਂ ਬਾਹਲਾ ਤਕੜਾ ਬੈਲੀ ਸੀ, ਕੁੱਤੇ ਵੀ ਬਹੁਤ ਆ, ਪਰ ਸਾਰਿਆਂ ਨਾਲ ਅੱਜ ਵੀ ਵਧੀਆ ਬੋਲ ਚਾਲ ਆ, ਕਿਉਂਕਿ ਮੈਂ ਨਾ ਮੇਰੇ ਦਿਲ 'ਚ ਕਦੇ ਮੈਲ ਨਹੀਂ ਰਹੀ। ਭਾਵੇਂ ਮੈਂ ਲੜਿਆ ਵੀ ਹਾਂ ਕਿਸੇ ਗੱਲ ਵਾਸਤੇ ਲੜ ਪਿਆ, ਜੇ ਮੈਂ ਉਹ ਅਗਲੇ ਬੰਦੇ ਨੂੰ ਦੁਬਾਰੇ ਮਿਲੂੰਗਾ ਨਾ, ਮੈਂ ਇੱਕ ਨੋਰਮਲ ਬੰਦੇ ਨੂੰ ਮਿਲੂੰਗਾ। ਅਗਲੇ ਦੇ ਦਿਲ 'ਚ ਕੁਛ ਮਰਜ਼ੀ ਹੋਵੇ ਅੱਡ ਗੱਲ ਆ, ਅੱਜ ਵੀ ਮੇਰੀ ਉਹਨਾਂ ਨਾਲ ਵੀ ਬਣਦੀ ਹੈ ਜਿਹਨਾਂ ਨਾਲ ਮੈਂ ਲੜਦਾ ਰਿਹਾ, ਅਤੇ ਉਹ ਮੇਰੀ ਇੱਜ਼ਤ ਕਰਦੇ, ਮੈਂ ਵੀ ਕਰਦਾ। ਅਗਲਾ ਉਦੋਂ ਨਾ ਬੰਦਿਆਂ ਵਾਲੀਆਂ ਥੋੜ੍ਹੀਆਂ ਲੜਾਈਆਂ ਹੁੰਦੀਆਂ ਸੀ ਵੀ ਕੋਈ ਵਜ੍ਹਾ ਹੁੰਦੀ ਸੀ, ਅੱਜ ਕੱਲ੍ਹ ਤਾਂ ਕਿਸੇ ਦੀ ਕੋਈ ਮਾੜਾ ਜਿਹਾ ਕਿਸੇ ਦੀ ਉਹ ਮੇਰੀ ਉਹ ਸਹੇਲੀ ਕੰਨੀ ਐ ਝਾਕ ਲਿਆ, ਉਹਦੀਆਂ ਲੱਤਾਂ ਤੋੜ ਗਈਆਂ, ਆਹ ਮੇਰੇ ਕੰਨੀ ਘੂਰਦਾ ਸੀ, ਚਾਰ ਮੁੰਡੇ ਲੈ ਕੇ ਅਸੀਂ ਬਰਗਰ ਖਾਈ ਜਾਂਦੇ ਸੀਗੇ, ਉਹਦੇ ਕਿਰਪਾਨਾਂ ਮਾਰਤੀਆਂ, ਕੋਈ ਗੋਲੀ, ਅੱਜ ਕੱਲ੍ਹ ਤਾਂ ਗੋਲੀਆਂ ਹੀ ਮਾਰ ਦਿੰਦੇ, ਸਾਡੇ ਵੇਲੇ ਗੋਲੀਆਂ ਗਾਲੀਆਂ ਨਹੀਂ ਸੀ, ਐਂ ਹੱਕੀਆਂ ਹੁੱਕੇ ਨਾਲ ਤਾਂ ਜ਼ਰੂਰ ਕੁੱਟਦੇ ਸਿਰ ਸੁਰ ਪਾੜ ਦਿੰਦੇ ਸੀ, ਐਂ ਮਾਰਨ ਮਰਾਉਣ ਵਾਲੇ ਕੰਮ ਵੀ ਤਾਂ ਪਤਾ ਨਹੀਂ ਕੀ ਹੋਇਆ ਜਨਤਾ ਨੂੰ, ਪਤਾ ਨਹੀਂ ਕਿਉਂ ਇੰਨੇ ਬੀਪੀ ਵੱਧਦੇ ਆ, ਵੱਧਦੇ ਤਾਂ ਸਾਡੇ ਸੀ, ਪਰ ਸਾਨੂੰ ਤਾਂ ਐਂ ਵੀ ਹੁੰਦਾ ਸੀ ਵੀ ਵੱਧ ਨਾ ਵੱਜੇ, ਬੰਦੇ ਦੇ ਵੱਧ ਨਾ ਵੱਜੇ ਵੀ ਜਿਹੋ ਜਿਹੀ ਲੜਾਈ ਹੋਈ ਜੀ, ਪਰ ਅੱਜ ਕੱਲ੍ਹ ਤਾਂ ਬਹੁਤ ਬੁਰਾ ਹਾਲ ਹੈ। ਉਸ ਸਮੇਂ ਮਾਤਾ ਪਿਤਾ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਊਗੀ? ਬਹੁਤ ਜੀ, ਮੇਰੀ ਮਾਂ ਬਹੁਤ ਰੋਂਦੀ ਰਹੀ ਹੈ, ਮੈਨੂੰ ਅੱਜ ਵੀ ਅਫਸੋਸ ਆ ਉਸ ਗੱਲ ਦਾ, ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੇ ਸੀ, ਮੈਂ ਲੜਾਈ ਝਗੜਾ ਕਰਕੇ ਜੇਲ੍ਹ ਜਾ ਵੜਨਾ, ਉਦੋਂ ਨਾ ਜੀ ਤੀਜੇ ਦਿਨ ਮੁਲਾਕਾਤ ਹੁੰਦੀ ਸੀ, ਅੱਜ ਤੋਂ ਮੇਰੇ ਖਿਆਲ 'ਚ 15 ਸਾਲ ਪਹਿਲਾਂ ਦੀਆਂ ਗੱਲਾਂ ਹੋਣ, ਉਹਨੇ ਜੇਲ੍ਹ 'ਚ ਮੁਲਾਕਾਤ 'ਤੇ ਆਉਣਾ, ਇੱਕ ਵੀ ਮੁਲਾਕਾਤ ਮੇਰੀ ਉਹਨੇ ਮਿਸ ਨਹੀਂ ਕਰਨੀ। ਮੇਰਾ ਜੇਲ੍ਹ 'ਚ ਦੂਜਿਆਂ ਨਾਲੋਂ ਸਮਝ ਲਓ ਤਿੱਗਣਾ ਖਰਚਾ ਹੁੰਦਾ ਸੀ, ਅੰਦਰ ਨਾ ਦੁੱਧ ਗਿੱਟੀਆਂ ਮੁਸ਼ਕਤੀਏ ਖਾਣ ਪੀਣ ਦਾ ਸਮਾਨ, ਉਦੋਂ ਹੁਣ ਤਾਂ ਤੁਸੀਂ ਬਾਹਰੋਂ ਕੁਛ ਲਿਜਾ ਨਹੀਂ ਸਕਦੇ, ਉਦੋਂ ਬਾਹਰੋਂ ਸਮਾਨ ਆ ਜਾਂਦਾ ਸੀ ਖਾਣ ਪੀਣ ਦਾ, ਜਿਵੇਂ ਸਬਜ਼ੀ ਹੋ ਗਈ, ਹੋਰ ਲੱਲਾ ਭੱਬਾ, ਉਹ ਮੇਰੀ ਮਾਂ ਹਰ ਤੀਜੇ ਦਿਨ ਭਰ ਭਰ ਕੇ ਲਿਆਉਂਦੀ ਸੀ, ਅਤੇ ਅੰਦਰ ਪੀਪਿਆਂ ਨੂੰ ਤਾਲੇ ਲਾ ਕੇ ਰੱਖਦੇ ਸੀ ਜੇਲ੍ਹ ਦੇ ਵਿੱਚ, ਆਪਾਂ ਕਦੇ ਤਾਲਾ ਵੀ ਨਹੀਂ ਲਾਇਆ, ਵੀ ਸਾਰੇ ਜਿੰਨਾ ਬੈਰਕ ਹੁੰਦਾ ਸੀ ਜਿੰਨੇ ਮੇਰੇ ਆਸੇ ਪਾਸੇ ਲੈਂਦੇ ਸਭ ਖਾਂਦੇ ਸੀਗੇ, ਵੀ ਮੈਂ ਐਂ ਵੀ ਬਰਬਾਦੀ ਕੀਤੀ ਹੈ ਪੈਸੇ ਦੀ ਵੀ, ਪਰ ਨਿਭਾਈਆਂ ਮੈਂ ਦੋਸਤੀਆਂ ਹੀ ਹੈ, ਐਂ ਨਹੀਂ ਵੀ ਕਿਸੇ ਦੀ ਕਿਸੇ ਧੀ ਭੈਣ ਨੂੰ ਕੋਈ ਮਾੜਾ ਕਿਹਾ ਹੋਵੇ, ਇੱਕ ਨਾਲ ਆਪਾਂ ਨੂੰ ਸੀਗਾ ਉਹਦੇ ਨਾਲ ਹੀ ਵਿਆਹ ਕਰਾਇਆ, ਹੋਰ ਕੋਈ ਦੂਜੀ ਮੈਨੂੰ ਸਾਰੀ ਦੁਨੀਆਂ 'ਚ ਕਹਿੰਦੇ ਵੀ ਆਪਾਂ ਕਦੇ ਕਿਸੇ ਨੂੰ ਗਲਤ ਬੋਲਿਆ ਹੋਵੇ ਦੇਖਿਆ ਹੋਵੇ ਨਾ, ਆਪਣਾ ਜ਼ਮੀਰ ਨਹੀਂ ਮੰਨਦਾ ਇਹਨਾਂ ਚੀਜ਼ਾਂ। ਕਿੰਨੇ ਕੁ ਵਾਰੀ ਜੇਲ੍ਹ ਗਏ ਹਾਂ ਜਾਂ ਆਪਾਂ ਕਹਿ ਦਈਏ ਕਿੰਨੇ ਕੁ ਮਾਮਲੇ ਦਰਜ ਹੋਏ? ਮੇਰੇ ਖਿਆਲ 'ਚ ਮੈਂ 6-7 ਵਾਰੀ ਜੇਲ੍ਹ ਗਿਆ ਹੋਊਂਗਾ, ਅਤੇ 6-7 ਮਾਮਲੇ ਵੀ ਦਰਜ ਸੀ, ਪਰ ਪਰਮਾਤਮਾ ਦਾ ਸ਼ੁਕਰ ਹੈ ਮੈਂ ਸਾਰਿਆਂ 'ਚੋਂ ਬਰੀ ਹਾਂ, ਕਿਉਂਕਿ ਉਹ ਮਾਮਲੇ ਹੀ ਇਹੋ ਜਿਹੇ ਸੀਗੇ ਵੀ ਖਾਮ ਖਾ ਕਿਸੇ ਦੇ ਚੱਕਰਾਂ ਦੇ ਵਿੱਚ ਮੇਰਾ, ਉਦੋਂ ਗੱਲ ਐਂ ਵੀ ਜੇ ਤੁਸੀਂ 1-2 ਵਾਰੀ ਜਾ ਵੜਦੇ ਹੋ ਨਾ, ਫਿਰ ਆਟੋਮੈਟਿਕਲੀ ਜੇ ਤੁਹਾਡੇ ਆਸੇ ਪਾਸੇ ਵੀ ਕੁਛ ਹੁੰਦਾ ਤਾਂ ਉਹ ਸ਼ੱਕ ਦੇ ਆਧਾਰ 'ਤੇ ਵੀ ਤੁਹਾਨੂੰ ਪਾ ਦਿੰਦੇ ਇਹ, ਕਿਉਂਕਿ ਉਹ ਵੀ ਆਪਦੀ ਜਗ੍ਹਾ ਸਹੀ ਹੁੰਦੇ ਆ ਵੀ ਇਹਨੂੰ ਸਾਲੇ ਨੂੰ ਪਤਾ ਹੀ ਹੋਊਗਾ ਵੀ ਇੱਥੇ ਆਹ ਲੜਾਈ ਹੋਈ ਆ, ਬਸ ਐਂ ਇਨਵੋਲਵਮੈਂਟ ਵੀ ਦਿਖਾ ਦਿੰਦੇ ਸੀ, ਪਰ ਚਲੋ ਪਰਮਾਤਮਾ ਨੇ ਜੋ ਕੀਤਾ ਠੀਕ ਕੀਤਾ, ਐਵੇਂ ਕਹੀਏ ਕਿਸੇ ਮੁਲਾਜ਼ਮ ਨੇ ਕਿਸੇ ਅਫਸਰ ਨੇ ਆਪਣੇ ਨਾਲ ਧੱਕਾ ਨਹੀਂ ਕੀਤਾ ਕਦੇ ਵੀ ਉਹੀ ਮੈਨੂੰ ਪੁੱਠਾ ਲਮਕਾ ਲਿਆ ਹੋਵੇ, ਐਂ ਨਹੀਂ, ਪੁੱਛ ਗਿੱਛਾਂ ਜ਼ਰੂਰ ਜਾਂਦੇ ਰਹੇ, ਉਹਨਾਂ ਚੀਜ਼ਾਂ ਤੋਂ ਮੈਂ ਇੰਨਾ ਕੁ ਇਰੀਟੇਟ ਹੋਇਆ ਨਾ ਜੀ, ਜਦੋਂ ਤਰੀਕਾਂ ਪੈਂਦੀਆਂ ਸੀਗੀਆਂ ਮਹੀਨੇ 'ਚ 2-2 4-4 ਤਰੀਕਾਂ, ਤਰੀਕ ਭੁੱਲ ਜਾਣੇ ਬਰੰਟ ਨਿਕਲ ਜਾਣੇ, ਫਿਰ ਕੁਛ ਕਰਨੀ ਬਾਹਰੋਂ ਬਾਹਰ ਨਹੀਂ ਫਿਰ ਜੇਲ੍ਹ ਫਿਰ ਜਮਾਨਤ ਕਰਵਾਉਣੀ, ਪਰ 15 ਸਾਲ ਪਹਿਲਾਂ ਦੀਆਂ ਗੱਲਾਂ ਇਹ, ਮੇਰੇ ਉਦੋਂ ਪਿੱਛੇ ਆਉਣ ਵਾਲੀ ਮੇਰੀ ਮਾਂ ਸੀਗੀ, ਮੇਰੀ ਮਾਂ ਹੁਣ ਇਸ ਦੁਨੀਆ 'ਚ ਹੈ ਨਹੀਂ, ਮੇਰਾ ਭਰਾ ਹੈ ਉਹ ਆਪਦਾ ਪਰਿਵਾਰ ਪਾਲਦਾ, ਹੁਣ ਤਾਂ ਮੈਨੂੰ ਐਂ ਹੁੰਦਾ ਵੀ ਜੇ ਬਾਈ ਚਾਂਸ ਮੈਂ ਊਂ ਵੀ ਕਦੇ ਖਾਮ ਖਾ ਇੱਥੇ ਹੀ ਮੇਰੇ ਕੋਈ ਗਲ ਵੀ ਪੈ ਗਿਆ ਤਾਂ ਮੈਂ ਉਹਦੇ ਵੀ ਪਹਿਲੀਆਂ ਹੱਥ ਲਾ ਦੂੰਗਾ, ਵੀ ਵੀਰੇ ਮੈਂ ਨਹੀਂ ਲੜ ਸਕਦਾ। ਮੁੜੇ ਕਿਵੇਂ ਕਿਵੇਂ ਪਤਾ ਲੱਗਿਆ ਜਾਂ ਸੋਚ ਆਈ ਵੀ ਯਾਰ ਹੁਣ ਇਸ ਜਿਹੜੀ ਲੜਾਈ ਝਗੜੇ ਵਾਲੇ ਜਾਂ ਆਪਾਂ ਗਲਤ ਕੰਮਾਂ 'ਚੋਂ ਪਿੱਛੇ ਆਉਣਾ ਚਾਹੀਦਾ ਅਤੇ ਕੋਈ ਰਿਜ਼ਲਟ ਨਹੀਂ? ਇੱਕ ਤਾਂ ਜੀ ਦੇਖੋ ਮੈਂ ਵਿਆਹ ਕਰਾ ਲਿਆ ਸੀ, ਵਿਆਹ ਵੀ ਆਪਦੀ ਮਰਜ਼ੀ ਨਾਲ ਕਰਾਇਆ ਸੀਗਾ, ਉਹਦੇ 'ਚ ਵੀ ਚਲੋ ਮੇਰੇ ਪਰਿਵਾਰ ਦੀ ਸਹਿਮਤੀ ਸੀ, ਉਹਨਾਂ ਨੂੰ ਪਤਾ ਸੀ ਵੀ ਇਹ ਕੁੜੀ ਕੀ ਪਤਾ ਇਹਨੂੰ ਸੁਧਾਰ ਦੇ, ਕਿਉਂਕਿ ਮੈਂ ਕਦੇ ਲੁਕੋਇਆ ਨਹੀਂ ਸੀ ਘਰਦਿਆਂ ਤੋਂ ਕੋਈ, ਤੇ ਕੁਛ ਹੱਦ ਤੱਕ ਮੈਂ ਕਹਾਂ ਵੀ ਉਹ ਕੁੜੀ ਦੇ ਆਉਣ ਨਾਲ ਹੀ ਮੇਰੀ ਜ਼ਿੰਦਗੀ ਬਦਲੀ ਗਈ ਹੈ, ਬੱਚੇ ਹੋ ਗਏ ਜੀ, ਥੋੜ੍ਹੀ ਉਹਨਾਂ ਦੀ ਫਿਕਰ ਹੋਣ ਲੱਗ ਗਈ,
ਫਿਰ ਮਾਤਾ ਗੁਜ਼ਰ ਗਈ ਮੇਰੀ, ਜਦੋਂ ਮਾਤਾ ਗੁਜ਼ਰ ਗਈ ਤਾਂ ਮੈਂ ਸਮਝੋ ਅੱਧੋਂ ਵੀ ਅੱਧਾ ਰਹਿ ਗਿਆ, ਕਿਉਂਕਿ ਬਾਪੂ ਮੇਰਾ ਲੱਗਦਾ ਸੀ ਪਹਿਲਾਂ ਤੋਂ ਇਹਨਾਂ ਗੱਲਾਂ 'ਤੇ ਵੀ ਇਹ ਸਾਲਾ ਬਰਬਾਦੀ ਕਰਦਾ, ਇਹ ਸੁਧਰਦਾ ਨਹੀਂ। ਮੈਂ ਵਾਕਈ ਸੁਧਰਿਆ ਵੀ ਨਹੀਂ। ਅੱਜ ਉਹੀ ਪਿਓ ਮੇਰੇ ਨਾਲ ਧੁੱਪੇ ਤਾਂ ਧੁੱਪੇ, ਨਾਲੇ 70 ਸਾਲ ਦੀ ਉਮਰ ਹੋ ਗਈ, ਸ਼ਾਮੇ ਤਾਂ ਸ਼ਾਮੇ, ਹੁਣ ਫੋਨ ਕਰਦਾ ਡੈਡੀ ਆ ਯਾਰ ਬਰਗਰ ਮੁੱਕ ਗਏ, ਯਾਰ ਆਹ ਸਮਾਨ ਮੁੱਕ ਗਿਆ। ਉਹਦੀ ਨਿਗਾਹ ਵੀ ਘੱਟ ਆ, ਉਹਨੂੰ ਸੁਣਦਾ ਵੀ ਉੱਚਾ। ਮੈਨੂੰ ਤਾਂ ਨਾ ਬੜਾ, ਮੈਂ ਕਈ ਵਾਰੀ ਦੱਸਦਾ ਨਹੀਂ ਘਰਦਿਆਂ ਨੂੰ, ਮੈਂ ਇਕੱਲਾ ਬੈਠ ਕੇ ਰੋਣਾ ਵੀ ਆ ਵੀ ਯਾਰ ਮੈਂ ਕਿਹੜੇ ਹਾਲਾਤਾਂ 'ਚ ਲਿਆ ਘਰਦਿਆਂ ਨੂੰ। ਪਰ ਫਿਰ ਵੀ ਉਹਦੀ ਮੈਨੂੰ ਲੱਗਦਾ ਉਮਰ ਵੱਧ ਗਈ ਹੁਣ, ਪਹਿਲਾਂ ਨਹੀਂ ਸੀ। ਹੁਣ ਉਹਨੂੰ ਐਂ ਲੱਗਦਾ ਵੀ ਮੇਰਾ ਪੁੱਤ ਸਾਲਾ ਰੋਟੀ ਦਾ ਖਾਲੂ ਕਮਾ ਕੇ, ਪਹਿਲਾਂ ਇਹ 'ਚ ਹਾਲਾਤ ਨਹੀਂ ਸੀ। ਜੇ ਆਪਾਂ ਗੱਲ ਕਰੀਏ ਹੁਣ ਤੁਸੀਂ 1.5 ਸਾਲ ਤੋਂ ਇਹ ਕੰਮ ਕਰ ਰਹੇ ਹੋ, ਕਿਹੜੇ ਕਿਹੜੇ ਕੰਮ ਕੀਤੇ ਜਦੋਂ ਤੁਸੀਂ ਸੁਧਰਨ ਵਾਲੇ ਪਾਸੇ ਚੱਲ ਰਹੇ? ਦੇਖੋ ਜੀ, ਮੈਨੂੰ ਘੱਟੋ ਘੱਟ 10-12 ਸਾਲ ਹੋ ਗਏ ਕੰਮ ਕਰਦੇ ਨੂੰ। ਸਭ ਤੋਂ ਪਹਿਲਾਂ ਤਾਂ ਜਦੋਂ ਮੇਰੀ ਮੈਰਿਜ ਹੋਈ ਤੇ ਉਦੋਂ ਆਪਦਾ ਖਰਚਾ, ਤੇ ਚਲੋ ਘਰ ਵਾਲੀ ਨੂੰ ਵੀ ਭਾਵੇਂ ਤੁਸੀਂ ਬਾਜ਼ਾਰ ਵੀ ਲੈ ਕੇ ਜਾਣਾ, 200-400 ਤਾਂ ਜੇ ਚਾਹੋ, ਕਿੰਨੀ ਵਾਰੀ ਮੰਗੋਗੇ ਤੁਸੀਂ ਘਰ ਦਾ? ਥਰਮਲ 'ਚ ਲੱਗ ਗਿਆ ਜੀ ਮੈਂ ਕੰਟਰੈਕਟ ਬੇਸ ਤੇ, ਘੱਟੋ ਘੱਟ 7 ਜਾਂ 8 ਸਾਲ ਮੈਂ ਲਗਾਤਾਰ ਉੱਥੇ ਕੰਮ ਕੀਤਾ, ਮੇਰੀ ਕਦੇ ਕੋਈ ਕੰਪਲੇਂਟ ਨਹੀਂ ਸੀ, ਕੰਮ ਦੇ ਵਿੱਚ ਮੈਂ 1 ਨੰਬਰ ਸੀਗਾ। ਫਿਰ ਜੀ ਥਰਮਲ ਬੰਦ ਹੋ ਗਿਆ, ਜੋ ਥਰਮਲ ਬੰਦ ਹੋ ਗਿਆ ਉਹਨਾਂ ਨੇ ਫੀਲਡ 'ਚ ਭੇਜੇ ਸਾਰੇ ਬੰਦੇ। ਫੀਲਡ 'ਚ ਮੈਂ ਕੰਮ ਕਰਕੇ ਰਾਜ਼ੀ ਨਹੀਂ ਸੀ, ਕਿਉਂਕਿ ਫੀਲਡ 'ਚ ਬਹੁਤ ਦੂਰ ਦੂਰ ਵੀ ਸੀ ਡਿਊਟੀਆਂ, ਹੁਣ ਵੀ ਕਰਦੇ ਆ ਮੁੰਡੇ, ਉਹਨੇ 'ਚ ਆਪਾਂ ਨੂੰ ਪੜਤਾ ਵੀ ਨਹੀਂ ਸੀਗਾ ਤੇ ਨਾ ਆਪਣੇ ਤੋਂ ਇੰਨੀ ਖੱਜਲ ਖਵਾਰੀ ਹੁੰਦੀ ਸੀ। ਉਦੋਂ ਵੀ ਸੋਚ ਸੀ ਮੈਂ ਥਰਮਲ 'ਚ, ਮੈਂ ਜੀ 15-15 ਗੱਟੇ ਹੁੰਦੇ ਸੀ ਕੋਲੇਜ, ਸਾਡੇ ਸੈਂਪਲਿੰਗ 'ਚ ਹੁੰਦਾ ਸੀ, ਰੈਕ ਆਉਂਦਾ ਸੀ ਰਾਤ ਨੂੰ ਵੀ ਦਿਨੇ ਵੀ ਕਿਤੇ ਵੀ, ਉਹ ਗੱਟੇ ਤੁਸੀਂ ਮੋਢੇ 'ਤੇ ਚੱਕਣੇ ਸਾਰੇ ਕਾਲੇ ਹੋ ਜਾਂਦੇ ਸੀ, ਇੱਥੋਂ ਤੋਂ ਲੈ ਕੇ ਮੰਨ ਲਓ ਤੁਸੀਂ 500 ਮੀਟਰ ਦੀ ਦੂਰੀ 'ਤੇ ਜਿੱਥੇ ਉਹ ਚੈੱਕ ਹੁੰਦੇ ਸੈਂਪਲ, ਉੱਥੇ ਲੈ ਕੇ ਜਾਣੇ, ਦਿਨੇ ਰਾਤ ਮੀਂਹ ਹਨੇਰੀ ਕੁਛ ਵੀ ਹੋਵੇ ਸਾਰੇ ਲਿਬੜ ਜਾਂਦੇ ਸੀ। ਪਰ ਉਨਾ ਹੀ ਕੰਮ ਹੁੰਦਾ ਸੀ ਉੱਥੇ ਥਰਮਲ 'ਚ, ਬਾਹਰ ਖੱਜਲ ਖਵਾਰੀ ਆਉਣ ਜਾਣ, ਉੱਥੇ ਆ ਲਾਈਨ 'ਤੇ ਚੜ੍ਹ, ਸੋਲ ਸੀ ਕੀਤਾ ਨਹੀਂ ਸੀ ਸੜਕ। ਜਿਹੜੇ ਤੁਹਾਡੀ ਪਤਨੀ ਆ ਭੈਣ ਜੀ ਹੋਣੀ, ਉਹਨਾਂ ਦੀ ਕਿੰਨੀ ਕੁ ਭੂਮਿਕਾ ਹੈਗੀ ਆ ਜਿਹੜੇ ਤੁਹਾਨੂੰ ਸੁਧਾਰਨ ਦੇ ਵਿੱਚ? ਪੂਰੀ ਭੂਮਿਕਾ ਹੀ ਹੈ ਜੀ, ਕਿਉਂਕਿ ਮੈਨੂੰ ਕਈ ਵਾਰੀ ਆਪਦੇ ਆਪ 'ਤੇ ਵੀ ਬੰਦੇ ਨੂੰ ਸ਼ਰਮ ਨਹੀਂ ਆਉਂਦੀ ਜੀ ਅੰਦਰ, ਜਿਹੜੇ ਬੰਦੇ ਦਾ ਮਾੜਾ ਮੋਟਾ ਜ਼ਮੀਰ ਹੁੰਦਾ ਉਹ ਮੇਰੇ ਮਾੜੇ ਕੰਮ 'ਚ ਵੀ ਮੈਨੂੰ ਐਂ ਨਹੀਂ ਕਿਹਾ ਕਦੇ ਵੀ ਤੂੰ ਮੈਨੂੰ ਬੁਲਾਏ ਨਾ ਜਾਂ ਮੈਂ ਘਰ ਛੱਡ ਕੇ ਜਾਂਦੀ ਹਾਂ, ਉਹ ਮੈਨੂੰ ਜੇ ਕਦੇ ਮਾੜਾ ਕੰਮ ਹੋਇਆ ਮੈਨੂੰ ਐਂ ਕਹਿੰਦੀ ਸੀ ਵੀ ਤੁਸੀਂ ਇਹੋ ਜਿਹਾ ਕੁਛ ਨਾ ਕਰਿਆ ਕਰੋ, ਤੁਹਾਡੀ ਵੀ ਸਾਰੇ ਤੁਹਾਡੇ ਨਾਲ ਸਹਿਮਤ ਹੁੰਦੇ ਆ, ਬੋਲਦੇ ਆ ਚਾਲਦੇ ਆ, ਤੁਸੀਂ ਕਿਸੇ ਦੇ ਮਗਰ ਲੱਗ ਕੇ ਕਿਸੇ ਨਾਲ ਕਿਉਂ ਲੜਦੇ ਹੋ? ਉਹ ਬੰਦੇ ਨਾਲ ਵੀ ਸਗੋਂ ਮੇਰੀ ਸਭ ਨਾਲ ਬਣਦੀ ਹੈ, ਮੇਰੀ ਉਸ ਬੰਦੇ ਨਾਲ ਵੀ ਬਣਦੀ ਹੁੰਦੀ ਹੈ ਜਿਹ ਨਾਲ ਮੈਂ ਲੜਦਾ ਕਿਸੇ ਵਿੱਚ। ਬਸ ਇਹਨਾਂ ਗੱਲਾਂ 'ਚ ਹੌਲੀ 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 ਮੇਰੇ 'ਤੇ ਅਸਰ ਹੋਣ ਲੱਗ ਗਿਆ, ਮੈਂ ਨਹੀਂ ਗਿਆ ਫਿਰ ਜੀ। ਆਪਾਂ ਮਿਲਾ 10-15 ਸਾਲ ਹੋ ਗਏ, ਆਪਾਂ ਕਿਸੇ ਨੂੰ ਹੋਏ ਵੀ ਨਹੀਂ ਗਿਆ। ਇੱਕ ਜਿਹੜਾ ਆਪਣੇ ਸਮਾਜ ਦਾ ਇੱਕ ਤਰ੍ਹਾਂ ਦਾ ਕਲਚਰ ਆ, ਉਹਦੇ 'ਚ ਕੰਮ ਨੂੰ ਛੋਟਾ ਵੱਡਾ ਸਮਝਿਆ ਜਾਂਦਾ। ਤੁਸੀਂ ਰੇਹੜੀ ਲਾ ਰਹੇ ਹੋ, ਹਾਲਾਂਕਿ ਬਹੁਤ ਵਧੀਆ ਗੱਲ ਆਪਣਾ ਕੰਮ ਕਰ ਰਹੇ ਹੋ, ਪਰ ਆਸ ਪਾਸ ਦੇ ਲੋਕ ਆ ਉਹ ਕਿਸ ਤਰ੍ਹਾਂ ਦੇਖਦੇ ਨੇ? ਦੇਖੋ ਜੀ, ਮੇਰੇ 'ਤੇ ਨਾ ਇਹੋ ਜਿਹੇ ਹਾਲਾਤ ਵੀ ਆਏ ਆ ਵੀ ਕਿਸੇ ਟਾਈਮ ਨਾ ਵੀ ਜਿਵੇਂ ਹੁਣ ਅਸੀਂ ਕਿਤੇ ਵਿਆਹ ਜਾਣਾ ਜਾਂ ਕਿਤੇ ਹੋਰ, ਜਦੋਂ ਮੈਂ ਜੋਬਲੈਸ ਸੀਗਾ ਤੇ ਉਦੋਂ ਜਿਹੜੇ ਤੁਸੀਂ ਰਿਸ਼ਤੇਦਾਰ ਕਹਿ ਲਓ, ਜਿਹੜੇ ਤੁਸੀਂ ਉਹ ਲੋਕ ਕਹਿ ਲਓ ਜਿਹੜੇ ਕਹਿੰਦੇ ਵੀ ਬੋਲਦੇ ਆ ਵੀ ਆਹ ਕੰਮ ਵੱਡਾ ਛੋਟਾ, ਕਿਸੇ ਨੇ ਦਵਾਨੀ ਨਹੀਂ ਦਿੱਤੀ ਬਾਈ ਜੀ ਕਦੇ। ਮਤਲਬ ਕੋਈ ਹੈਗੇ ਆ 2-4 ਬੰਦੇ ਜਿਹੜੇ ਮੇਰੇ ਮਾੜੇ ਟਾਈਮ ਬਹੁਤ ਕੰਮ ਆਏ, ਪਰ ਜਿਹੜੇ ਬੋਲਣ ਵਾਲੇ ਜਾਂ ਰਿਸ਼ਤੇਦਾਰ ਜਾਂ ਜੇ ਵੋ, ਕਿਸੇ ਨੇ ਕਦੇ ਬਾਂਹ ਨਹੀਂ ਫੜੀ, ਫਿਰ ਮੈਂ ਉਹਨਾਂ ਦੀ ਪਰਵਾਹ ਕਿਉਂ ਕਰਾਂ? ਕਾਹਦੇ ਵਾਸਤੇ ਮੈਂ ਇੱਥੇ 1000 ਕਮਾਵਾਂ 2000 ਕਮਾਵਾਂ? ਆਪਾਂ ਰਾਜੇ ਹਾਂ ਜੀ, ਅੱਜ ਵੀ ਆਪਾਂ ਰਾਜੇ ਹਾਂ, ਉਵੇਂ ਰਹੀਦਾ, ਚੰਗਾ ਖਾਈਦਾ ਚੰਗਾ ਪਾਈਦਾ। ਕੋਈ ਬਾਹਲਾ ਵੱਡਾ ਕੋਈ ਐਮ ਨਹੀਂ ਵੀ ਮੈਂ ਅੰਬਾਨੀ ਬਣ ਜਾਣਾ, ਮੈਂ ਉਹਦਾ ਜਵਾਰ ਚੰਗੀ ਤਰ੍ਹਾਂ ਪੜਾ ਲਾਂ, ਰੋਟੀ ਚੰਗੀ ਖਾ ਲਈਏ, ਘਰ ਬਾਰ ਐਂ ਬਣਿਆ ਰਹੇ, ਤੇ ਜਿੰਨੀ ਕੁ ਦਿੱਤੀ ਆ ਰੱਬ ਨੇ ਹੁਣ ਵਧੀਆ ਕੱਢਾਂ। ਮੈਂ ਕਹਿੰਦਾ 4 ਦਿਨਾਂ ਨੂੰ ਵੀ ਮੈਂ ਇੰਨਾ ਕੁ ਸੁਧਰਾਂ ਵੀ ਜੇ ਮੈਂ ਹੁਣ ਵੀ ਮਾੜਾ ਮੋਟਾ ਕੁਛ ਕਰਦਾ ਜਾਂ ਪੈਗ ਪੁੱਗ ਲਾਉਣਾ, ਮੈਂ ਉਹ ਵੀ ਛੱਡਦਾ ਹੌਲੀ ਹੌਲੀ। ਮੈਂ ਕੁਛ ਵੀ ਨਹੀਂ ਕਰਨਾ ਚਾਹੁੰਦਾ, ਪਰ ਸੰਤੁਸ਼ਟੀ ਹੈ।
ਤੁਸੀਂ ਵੈਸੇ ਤਾਂ ਦੱਸ ਦਿੱਤਾ ਫਿਰ ਕੰਮ ਤੋਂ ਪੂਰੀ ਸੰਤੁਸ਼ਟੀ ਆ? ਕੰਮ ਤੋਂ ਜੀ ਪੂਰੀ, ਦੇਖੋ ਜੀ ਮੈਂ ਆਹੀ ਗੱਲ ਕੰਮ ਛੋਟੇ ਵੱਡੇ ਦੀ ਥਰਮਲ ਚੋਟਾ ਜੀ ਜੋਬ ਲਿਆ ਸੀਗਾ, ਮੈਂ ਰਿਫਾਈਨਰੀ ਦੇ ਵਿੱਚ ਕੰਮ ਕੀਤਾ, ਡਾਂਗਰੀ ਪਾਉਂਦੇ ਸੀ ਪੂਰੀ ਗਰਮੀ ਦੇ ਵਿੱਚ, ਕਰੋਨਾ ਟਾਈਮ ਵੀ ਮਾਸਕ ਲੱਗਿਆ ਹੁੰਦਾ, ਹੈਲਮੇਟ ਤੁਹਾਡੀ ਇੱਥੇ ਵੀ, ਅਤੇ ਤੁਸੀਂ ਨਾ ਇੱਥੋਂ ਤੋਂ ਲੈ ਕੇ ਬੂਟ ਤੱਕ, ਉੱਥੇ ਸੇਫਟੀ ਸ਼ੂਜ਼ ਹੁੰਦੇ ਆ, ਬੂਟ ਤੱਕ ਪਸੀਨੇ ਨਾਲ ਭਰ ਜਾਂਦੇ ਸੀ। ਕੰਮ ਕੀ ਸੀਗਾ? ਗਰੈਂਡਿੰਗ ਦਾ, ਚੈਨ ਬਲੋਕ ਖਿੱਚਣਾ, ਉੱਥੇ ਪਾਈਪ ਲਾਈਨ ਪਾਉਂਦੇ ਸੀਗੇ, ਕੰਮ ਸਾਰੇ ਕਰਦਾ ਜੀ। ਗਰੈਂਡਿੰਗ ਮੈਂ ਕੀਤੀ, ਬੈਲਡਿੰਗ ਮੈਂ ਕੀਤੀ, ਡਰਾਈਵਰੀ ਮੈਂ ਕੀਤੀ, ਆਟੋ ਮੈਂ ਚਲਾਇਆ, ਰੇਹੜੀ ਵੀ ਤੁਹਾਡੇ ਸਾਹਮਣੇ ਲਾ ਲਈ, ਮਕੈਨੀਕਲ ਦਾ ਕੰਮ ਵੀ ਕੀਤਾ, ਸ਼ਟਡਾਊਨ ਨਾਲ ਲਾਈਆਂ, ਪਰ ਇਹ ਸਾਰਾ 15 ਸਾਲ ਦੇ ਵਿੱਚ ਆ ਗਿਆ, ਵਿਹਲਾ ਨਹੀਂ ਰਿਹਾ ਕਦੇ, ਕੁਛ ਨਾ ਕੁਛ ਕਰਦਾ ਰਿਹਾ ਜਿੱਥੇ ਜੋ ਮਿਲਦਾ ਰਿਹਾ, ਪਰ ਹੁਣ ਇਹ ਓਕੇ। ਇੱਕ ਸਰ ਜੀ, ਆਟੋ 'ਚ ਤੁਹਾਡੇ ਵੱਲੋਂ ਪਹਿਲਾਂ ਜਾਣਕਾਰੀ ਦਿੱਤੀ ਗਈ ਸੀ ਵੀ ਆਟੋ ਜਦੋਂ ਚਲਾਉਂਦੇ ਸੀ ਤੁਸੀਂ, ਹਾਂਜੀ, ਉਦੋਂ ਵੀ ਸੇਵਾ ਕਰਦੇ ਸੀ, ਕਿਸ ਤਰ੍ਹਾਂ ਦੀ ਸੇਵਾ ਕਰਦੇ? ਸੇਵਾ ਜੀ ਮੈਂ ਗਰਭਵਤੀ ਮਹਿਲਾਵਾਂ ਨੂੰ ਫ੍ਰੀ ਹੋਸਪਿਟਲ ਲੈ ਕੇ ਜਾਂਦਾ ਸੀਗਾ, ਪਿੱਛੇ ਬਕਾਇਦਾ ਮੈਂ ਆਟੋ 'ਤੇ ਲਿਖਾਇਆ ਹੋਇਆ ਸੀਗਾ ਏ ਬੀ ਪੋਜ਼ਿਟਿਵ ਮੇਰਾ ਬਲੱਡ ਗਰੁੱਪ ਹੈ ਜੀ, ਮੈਂ ਕੋਈ ਇਹੋ ਜਿਹਾ ਨਸ਼ਾ ਪੱਤਾ ਨਹੀਂ ਕਰਦਾ ਜਿਹੜਾ ਕਿਸੇ ਨੂੰ ਨੁਕਸਾਨ ਕਰੇ, ਕਦੇ ਵੀ ਮੇਰਾ ਚੈੱਕ ਕਰਾਓ, ਏ ਬੀ ਪੋਜ਼ਿਟਿਵ ਬਲੱਡ ਗਰੁੱਪ ਦਿੰਦਾ ਸੀ ਬੱਚੇ ਨੂੰ ਖਾਸ ਕਰਕੇ ਜਿੱਥੇ ਵੀ ਲੋੜ ਹੈ, ਕਿਉਂਕਿ ਜਿਹੜਾ ਵੱਡੀ ਉਮਰ ਵਾਲਾ ਉਹਨੂੰ ਤਾਂ ਜੇ ਲੇਟ ਫੇਟ ਵੀ ਹੋ ਜਾਵੇ ਤਾਂ ਚੱਲ ਜੂ, ਜਿਹੜਾ ਬੱਚਾ ਉਹਨੂੰ ਐਮਰਜੈਂਸੀ ਚਾਹੀਦਾ। ਇਸ ਲਈ ਮੈਂ ਉਹ ਇੱਕ ਐਕਸੀਡੈਂਟ ਜਿੱਥੇ ਵੀ ਹੁੰਦਾ ਸੀ ਨਾ ਉਹਨਾਂ ਨੂੰ ਮੈਂ ਆਪ ਲੈ ਕੇ ਜਾਂਦਾ ਸੀ, ਮੈਂ ਤਾਂ ਕੋਸ਼ਿਸ਼ ਕਰਦਾ ਸੀ, ਲੋਕ ਨਹੀਂ ਸਾਥ ਦਿੰਦੇ ਸੀ, ਹੁਣ ਤਾਂ ਚਲੋ ਸਰਕਾਰ ਦਾ ਵੀ ਧੰਨਵਾਦ ਜਿਨ੍ਹਾਂ ਨੇ ਆਹ ਡਿਪਾਰਟਮੈਂਟ ਬਣਾਇਆ, ਇਹ ਬਹੁਤ ਵਧੀਆ ਰੋਡ ਸੇਫਟੀ ਵਾਲਾ, ਜੇ ਲੋਕ ਇਹਨੂੰ ਸਮਝਣ, ਜਿਨ੍ਹਾਂ ਦੀ ਗੱਲ ਸੁਣਨ, ਨਹੀਂ ਤਾਂ ਲੋਕਾਂ ਕੋਲ ਅੱਜ ਕੱਲ੍ਹ 1 ਮਿੰਟ ਦਾ ਟਾਈਮ ਨਹੀਂ ਹੋਊਗਾ, ਖੜ ਕੇ ਉਹਨਾਂ ਕੋਲ ਪਾਣੀ ਪੀਣ ਦਾ ਨਹੀਂ, ਗੱਡੀ 1 ਹੱਥ ਨਾਲ ਫੜ ਕੇ ਅਤੇ ਬੋਤਲ ਮੂੰਹ ਨੂੰ ਲਾਈ ਦੀ ਹੁੰਦੀ ਪਾਣੀ ਦੀ, ਇਹ ਗਲਤ ਹੈ। ਇਸ ਲਈ ਆਪਦਾ ਧਿਆਨ ਰੱਖੋ ਅਤੇ ਲੋਕਾਂ ਦਾ ਵੀ, ਅਤੇ ਜੇ ਕੋਈ ਮਤਲਬ ਮਹਿਕਮਾ ਬਣਦਾ ਉਹਦੀ ਥੋੜ੍ਹੀ ਰਿਸਪੈਕਟ ਕਰੋ ਉਸ ਅਧਾਰੇ 'ਤੇ ਵੀ ਉਹ ਤੁਹਾਡੇ ਭਲੇ ਵਾਸਤੇ ਕਹਿੰਦੇ ਆਉਣਗੇ, ਮੈਂ ਬਹੁਤ ਇੱਜ਼ਤ ਕਰਦਾ, ਮੈਨੂੰ ਵਧੀਆ ਲੱਗਦਾ। ਉਹ ਜਿਹੜੇ ਨੌਜਵਾਨ ਕਹ ਲਈਏ ਜਾਂ ਹੋਰ ਜਿਹੜੇ ਇਨਸਾਨ ਆ ਕੁਛ ਗਲਤ ਕੰਮਾਂ 'ਚ ਪਏ ਆ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਕੋਸ਼ਿਸ਼ ਕਰੋ ਵੀ ਉਹਨਾਂ ਚੀਜ਼ਾਂ 'ਚੋਂ ਨਿਕਲੋ, ਜੇ ਤੁਹਾਡੇ ਮਤਲਬ ਕੁਛ ਦਿਲ ਦਿਮਾਗ 'ਚ ਇਹੋ ਜਿਹਾ ਚੱਲਦਾ ਵੀ ਤੁਹਾਡੇ ਉਹੀ ਹਾਵੀ ਰਹਿੰਦਾ, ਤੁਸੀਂ ਉਸ ਚੀਜ਼ ਨੂੰ ਨਾ ਕਿਸੇ ਨਾਲ ਸ਼ੇਅਰ ਕਰੋ, ਕਿਸੇ ਵੱਡੇ ਨਾਲ, ਤਾਂ ਕਿ ਉਹ ਤੁਹਾਨੂੰ ਸਮਝਾ ਸਕੇ। ਹਾਲੇ ਤਾਂ ਇਹੀ ਹੈ ਨਿਕਲਣ ਦਾ, ਕਿਉਂਕਿ ਜੇ ਤੁਸੀਂ ਮੈਂਟਲੀ ਸਟਰੋਂਗ ਹੋਵੋਗੇ ਤਾਂ ਤੁਸੀਂ ਸੁਧਰ ਸਕਦੇ ਹੋ, ਜੇ ਤੁਸੀਂ ਗੱਲਾਂ ਬਾਤਾਂ ਵਾਲੇ ਆ ਫੇਰ ਨਹੀਂ, ਜੇ ਗੱਲਾਂ ਬਾਤਾਂ ਵਾਲੇ ਆ ਫੇਰ ਨਿਕਲਣਾ ਤਾਂ ਤੁਹਾਨੂੰ ਪਊਗਾ, ਆਪ ਤੁਹਾਨੂੰ ਆਪਦੇ ਆਪ ਨੂੰ ਬੂਸਟ ਕਰਨਾ ਪਊਗਾ, ਪਰ ਐਂਡੇ ਦਾ ਬਹੁਤ ਮਾੜਾ, ਜੇ ਮੇਰੇ ਵਾਂਗੂ ਉਵੇਂ ਰਹੋਗੇ ਜੇ ਜੋ ਮੈਂ ਸੀਗਾ, ਫਿਰ ਤਾਂ ਉਹਨੂੰ ਜਾਂ ਮਰੇ ਹੁੰਦੇ ਜਾਂ ਚਿੱਤਰਕਾਰ ਦੇ ਹੁੰਦੇ, ਫੇਰ ਹੁੰਦੇ ਐਂਡੇ ਦਾ ਹੀ ਹੈ। ਇੱਥੇ ਜੀ ਮੈਂ 10 ਵਜੇ ਆ ਜਾਂਦਾ, 8:30 ਵਜੇ ਤੀਕ ਅਸੀਂ ਇੱਥੇ ਹੁੰਦੇ ਹਾਂ, ਕਿਉਂਕਿ ਟਾਈਮ ਮਾੜਾ ਹੀ ਹੈ, ਭਾਵੇਂ ਇੱਥੇ ਕੋਈ 10 ਵਜੇ ਤੀਕ ਵੀ ਖੜਾ ਰਹੇ, ਆਪਾਂ 8:30-8 ਵਜੇ ਤੋਂ ਜਾ ਵਰਤ। ਭੈਣ ਜੀ ਨੇ ਵੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਕਹਿਣਾ ਚਾਹੁੰਦੇ ਹੋ? ਭਾਈ ਸਾਹਿਬ ਨਾਲ ਵੀ ਗੱਲਬਾਤ ਹੋਈ, ਪਿਛਲੇ ਸਮੇਂ 'ਚ ਗਲਤ ਕੰਮਾਂ 'ਚ ਪੈ ਗਏ ਸੀ ਅਤੇ ਹੁਣ ਇਹ ਕੰਮ ਕਾਰ ਕਰਦੇ ਨੇ, ਪਹਿਲਾਂ ਤਾਂ ਇਹ ਕਿਸ ਤਰ੍ਹਾਂ ਲੱਗਦਾ? ਬਹੁਤ ਵਧੀਆ ਲੱਗਦਾ, ਕੰਮ ਕਰਦੇ ਹਮੇਸ਼ਾ ਹੀ ਕਰਦੇ ਸੀਗੇ, ਉਹ ਕਹਿੰਦੇ ਆ ਨਾ ਵੀ ਕਈ ਬੰਦੇ ਦੀ ਕਿਸਮਤ ਇਹੋ ਜਿਹੀ ਹੁੰਦੀ ਹੈ ਨਾ, ਆਹ ਕੰਮ ਕੀਤਾ ਉੱਥੇ ਫਲ ਨਹੀਂ ਮਿਲਿਆ, ਆਹ ਕੰਮ ਕੀਤਾ, ਸਟਰਗਲ ਉਸੇ ਬੰਦੇ ਦੀ ਲਾਈਫ 'ਚ ਹੋਊਗੀ ਜਿਹੜਾ ਸਟਰਗਲ ਚੱਲ ਸਕੂਗਾ। ਮੈਨੂੰ ਤਾਂ ਕਈ ਵਾਰ ਐਂ ਲੱਗਦਾ ਵੀ ਪਰਮਾਤਮਾ ਸਪੈਸ਼ਲ ਇਹਨਾਂ ਵਾਸਤੇ ਹੀ ਬੈਠਾ ਹੈ ਵੀ ਰਾਹ ਤੋਂ ਕੰਮ ਕਰ ਲੈ, ਇੱਥੇ ਕੋਈ ਡਿੰਗਾ ਲਾਉਣਾ, ਇੱਥੇ ਕੋਈ ਅਰਚਨ ਕਰਨੀ, ਮੈਂ ਇਹਨਾਂ 'ਚ ਉਹ ਹਿੰਮਤ ਹੈ, ਹੁਣ ਮੇਰੇ 'ਚ ਹੋਊਗੀ ਨਹੀਂ, ਮੈਂ ਕਹਿੰਦੀ ਹਾਂ ਵੀ ਮੈਂ ਇੱਥੇ ਤਾਂ ਖੜੀ ਵੀ, ਮੈਂ ਕਿਹਾ ਯਾਰ ਮੈਂ ਦੁਨੀਆਦਾਰੀ ਦੇਖ, ਕਿਉਂਕਿ ਮੈਂ +2 ਚੀਜ਼ ਸੀਗੀ ਉਦੋਂ, ਮੈਂ ਉਦੋਂ ਬਾਅਦ ਮੇਰਾ ਵਿਆਹ ਹੋ ਗਿਆ, ਫਿਰ ਬੱਚੇ ਹੋ ਗਏ, ਬੱਚਿਆਂ ਤੋਂ ਬਾਅਦ ਮੈਂ ਪੜ੍ਹਾਈ ਕੀਤੀ, ਮਤਲਬ ਅੰਦਰ ਹੀ ਅੰਦਰ ਦੇਖਿਆ ਹੀ ਨਹੀਂ ਕੁਛ, ਮੈਂ ਫਿਰ ਇਹਨਾਂ ਨੂੰ ਦੇਖ ਕੇ ਦੇਖੀ, ਮੈਂ ਕਿਹਾ ਯਾਰ ਇਹਨਾਂ ਨੂੰ ਕਿੰਨੀ ਨੌਲੇਜ, ਅਜੇ ਤਾਂ ਕਿਤਾਬੀ ਕੀੜਾ ਹੀ ਬਣ ਕੇ ਰਹਿ ਗਿਆ, ਸਾਨੂੰ ਕੁਛ ਨੌਲੇਜ ਪਤਾ ਹੀ ਨਹੀਂ ਕੁਛ ਸਾਨੂੰ, ਮੈਂ ਕਿਹਾ ਯਾਰ ਕੋਈ ਕੰਮ ਤਾਂ ਇਹਨਾਂ ਦਾ ਉਹ ਵੀ ਚੱਲਦਾ ਹੀ ਹੈ, ਪਰ ਮੈਂ ਕਿਹਾ ਮੈਂ ਤਾਂ ਖੜ ਕੇ ਦੇਖਾਂ, ਦੁਨੀਆਦਾਰੀ ਮੈਂ ਵੀ ਦੇਖਣੀ ਹੈ,
ਇਸ ਦੁਨੀਆ ਚ ਆਏ ਦੇਖੇ ਹੀ ਨਾ ਕੁਛ, ਫਿਰ ਫਾਇਦਾ ਕੀ ਹੈ? ਫਿਰ ਮੈਂ ਕਦੇ ਵੀ ਮੈਂ ਇਹਨੂੰ ਕਹਿੰਦੀ ਯਾਰ ਤੁਹਾਨੂੰ ਇੰਨੇ ਕੰਮ ਆਉਂਦੇ, ਸਾਨੂੰ ਤਾਂ ਕੁਛ ਆਉਂਦੇ ਨੀ। ਇਹਨਾਂ ਨੂੰ ਦੇਖ ਕੇ ਮੈਨੂੰ ਖੁਦ ਗਿਲਟ ਮਹਿਸੂਸ ਹੁੰਦਾ ਵੀ ਯਾਰ ਅਸੀਂ ਦੁਨੀਆ ਚ ਆਏ ਪਰ ਕੀਤਾ ਕੀ, ਸਾਡੇ ਤਾਂ ਕਿਤਾਬ ਵੀ ਖਾਲੀ ਹੈ। ਮੈਂ ਇਹਨਾਂ ਨੂੰ ਕੱਲ ਪਰਸੋਂ ਕਹਿ ਕੇ ਆਈ ਸੀ, ਮੈਂ ਕਿਹਾ ਯਾਰ ਤੁਹਾਡੇ ਕਿਤਾਬ ਬਣਨ ਵਾਲੀ ਹੈ। ਮੈਂ ਕਿਹਾ ਇੰਨਾ ਕੁਛ ਤੁਹਾਨੂੰ ਪਤਾ, ਇੰਨੀ ਨੌਲੇਜ ਹੈ, ਸਾਨੂੰ ਕੋਈ ਕੁਛ ਪੁੱਛ ਕੇ ਦੇਖੇ, ਬਸ ਕਿਤਾਬ ਵੀ ਕਿਹੜਾ, ਸਾਨੂੰ ਕੁਛ ਨਹੀਂ ਪਤਾ। ਕੰਮ ਇਹਨਾਂ ਨੇ ਬਹੁਤ ਕੀਤੇ, ਬਹੁਤ ਜ਼ਿਆਦਾ। ਫਿਰ ਮੈਂ ਇਹਨਾਂ ਨੂੰ ਤਾਂ ਹੀ ਕਹਿੰਦੀ ਹਾਂ ਵੀ ਯਾਰ ਹਾਰ ਨਾ ਮੰਨੋ, ਰੱਬ ਤੁਹਾਡੇ 'ਤੇ ਧਿਆਨ ਦੇਈ ਬੈਠਾ ਹੈ ਵੀ ਯਾਰ ਕਿੰਨਾ ਚਿਰ ਬਿੜਦਾ, ਮੈਂ ਦੇਖਣਾ ਇਹਨੂੰ। ਰੱਬ ਉਹਨੂੰ ਜ਼ਰੂਰ ਕਾਮਯਾਬ ਕਰਦਾ ਹੈ ਉਸੇ 'ਚ, ਇੰਨੀ ਮੁਸੀਬਤਾਂ ਲਿਆਉਂਦਾ ਜਿਹੜਾ ਚੱਲ ਸਕੇ। ਸਾਡੇ ਵਰਗਾ ਚੱਲ ਹੀ ਨਹੀਂ ਸਕਦਾ, ਮਾੜਾ ਜਿਹਾ ਕੁਛ ਕਰਤਾ ਬਸ ਉੱਥੇ ਖਤਮ, ਉੱਥੇ ਅਸੀਂ ਖਤਮ ਕਰਤਾ। ਪਰ ਕੰਮ ਤਾਂ ਇਹਨਾਂ ਦੇਖ ਕੇ ਮੈਨੂੰ ਬਹੁਤ ਅੱਛਾ ਲੱਗਦਾ। ਜਦੋਂ ਵਿਆਹ ਕਰਾਇਆ ਉਦੋਂ ਹਾਲਾਤ ਕਿਹੋ ਜਿਹੇ ਸੀ? ਉਦੋਂ ਲੜਾਈ ਝਗੜਿਆ ਕਿ ਸੀ ਕਿ ਉਦੋਂ ਵੀ ਮਤਲਬ ਉਹਨਾਂ ਤੋਂ ਪਾਸੇ ਆ ਚੁੱਕੇ? ਨਹੀਂ, ਉਦੋਂ ਵੀ ਲੜਾਈ ਝਗੜਿਆ ਤੋਂ ਪਹਿਲਾਂ ਦੇਖੋ, ਲੜਾਈ ਝਗੜੇ ਇਹਨਾਂ ਨੇ ਕੀਤੇ ਹੈ। ਜਿਵੇਂ ਕੋਈ ਦੋਸਤ ਹੈ ਉਹਦੀ ਧੀ ਭੈਣ ਨੂੰ ਕੁਛ ਕਹਿ ਰਿਹਾ, ਉਦੋਂ ਲੜੇ ਹੈ, ਦੋਸਤਾਂ ਪਿੱਛੇ ਲੜੇ। ਲੜਾਈ ਤਾਂ ਬੰਦੇ ਨਹੀਂ ਹੁੰਦੇ, ਸੱਚਾ ਸਿੱਖ ਤਾਂ ਲੜਦਾ ਹੀ ਲੜਦਾ, ਕੌਣ ਨਹੀਂ ਲੜਾ? ਲੜੂਗਾ ਉਹ ਨਹੀਂ ਜਿਹੜਾ ਕਿਸੇ ਦਾ ਸਾਥ ਉਹ ਨਹੀਂ ਦਿੰਦਾ ਹੁੰਦਾ, ਬੰਦਾ ਜਿਹੜਾ ਕਿਸੇ ਪਾਸੇ ਨਹੀਂ ਹੁੰਦਾ ਕਿ ਯਾਰ ਮੈਂ ਤਾਂ ਮਜ਼ੇ ਲੈਣੇ ਆ। ਇਹ ਮਰਦਾ ਮਰੇ, ਉਹ ਮਰਦਾ ਮਰੇ, ਠੀਕ ਹੈ ਨਾ? ਹੜਦਾ ਹੋਈ ਹੈ, ਮਰਦਾ ਹੋਈ ਹੈ ਯਾਰਾ ਦੋਸਤਾਂ ਨੂੰ ਵੀ, ਜਿਹਦੇ ਅੰਦਰ ਥੋੜ੍ਹਾ ਜਿਹਾ ਜਾਨ ਹੋਵੇ। ਨਹੀਂ ਤਾਂ ਬਾਡੀ ਬਿਲਡਰ ਵੀ ਕਈ ਤੁਰੇ ਫਿਰਦੇ ਬਸ ਕੋਕੇ ਹੀ ਆ ਅੰਦਰੋਂ, ਬਾਹਰ ਕੁਛ ਹੈ ਨਹੀਂ। ਮਤਲਬ ਜਿਹੜੇ ਲੜਾਈ ਝਗੜੇ ਕੀਤੇ ਆ, ਤੁਹਾਨੂੰ ਉਸ ਗੱਲ ਤੇ ਵੀ ਮਾਣ ਆ ਵੀ ਉਹ ਕਿਸੇ ਮੁੱਦੇ ਨੂੰ ਲੈ ਕੇ ਕੀਤੇ ਆ, ਵੀ ਐਵੇਂ ਕਿਸੇ ਔਰਤਾਂ ਮਗਰ ਜਾਂ ਗਲਤ ਕੰਮਾਂ ਪਿੱਛੇ ਨਹੀਂ ਲੜੇ? ਬਿਲਕੁਲ, ਕਿਸੇ ਦੀ ਧੀ ਭੈਣ ਨਹੀਂ ਛੇੜੀ। ਮੰਨ ਲਓ ਇਹਨਾਂ ਦਾ ਕੋਈ ਦੋਸਤ ਹੈ, ਉਹਦੀ ਭੈਣ ਨੂੰ ਕੁਛ ਛੇੜ ਰਿਹਾ, ਗਲਤ ਕਹਿ ਰਿਹਾ, ਇਹ ਪਿੱਛੇ ਹੋ ਜਾਣਗੇ ਤਾਂ ਸ਼ਰਮ ਦੀ ਗੱਲ ਹੈ ਵੀ ਯਾਰ ਇੱਕ ਸਿੱਖ ਹੋਣ ਦੇ ਬਾਵਜੂਦ ਯਾਰ ਕਿਸੇ ਦੀ ਰੱਖਿਆ ਨਹੀਂ ਕਰ ਰਿਹਾ, ਸਮਝ ਰਹੇ ਹੋ ਨਾ ਤੁਸੀਂ? ਵੀ ਇਹ ਤਾਂ ਫਿਰ ਗਲਤ ਹੈ ਨਾ, ਸਹੀ ਵਾਸਤੇ ਲੜੇ ਤਾਂ ਹੀ ਤਾਂ ਮੈਂ ਇੱਥੇ ਖੜੀ ਹਾਂ। ਜੇ ਕਿਤੇ ਗਲਤ ਲੜਾਈਆਂ ਕੀਤੀ ਹੁੰਦੀਆਂ, ਕਿਸੇ ਧੀ ਭੈਣ ਛੇੜੀ ਹੁੰਦੀ, ਫਿਰ ਮੈਂ ਕਹਿੰਦੀ ਯਾਰ ਤੁਸੀਂ ਗਲਤ ਹੋ, ਮੈਂ ਤਾਂ ਤੁਹਾਡਾ ਸਾਥ ਦੇ ਹੀ ਨਹੀਂ ਸਕਦੀ, ਤਾਂ ਹੀ ਤੁਸੀਂ ਖੜੀ ਆ ਨਾ। ਜਦੋਂ ਸਹੀ ਤੇ ਖੜੇ ਸੀ, ਨਹੀਂ ਸਫਲ ਹੋਏ ਤਾਂ ਪਰਮਾਤਮਾ ਤੇ ਹੈ, ਕਦੋਂ ਸਫਲ ਕਰਦਾ, ਪਰ ਕੋਸ਼ਿਸ਼ ਕਰਦੇ ਰਹਿਣਾ ਹੀ ਆਪਣਾ ਕੰਮ। ਪੜ੍ਹਾਈ ਤੁਸੀਂ ਵਿਆਹ ਤੋਂ ਬਾਅਦ ਵੀ ਕੀਤੀ ਹੈ? ਹਾਂਜੀ, ਪਹਿਲਾਂ ਮੈਂ ਪਲੱਸ ਟੂ ਕੀਤੀ ਸੀ ਵਿਆਹ ਤੋਂ ਪਹਿਲਾਂ, ਉਦੋਂ ਬਾਅਦ ਬੀਸੀਏ ਕੀਤੀ। ਫਿਰ ਮੈਂ ਦੇਖ ਲਿਆ ਇੱਥੇ ਆਪਣੇ ਦੇਸ਼ ਦਾ ਹਾਲ ਵੀ, ਪੜ੍ਹ ਲਿਖ ਕੇ ਕੋਈ ਫਾਇਦਾ ਨਹੀਂ, ਮਨਾ ਆਟੋ ਪੜ੍ਹੇ ਲਿਖੇ ਵੀ ਚਲਾਈ ਜਾਂਦੇ ਆ, ਛੱਡ ਪਰੇ ਪੈਸਾ ਖਰਾਬ ਕਰਨ ਨੂੰ। ਜਿਹੜੇ ਕੰਮ ਪੜ੍ਹੇ ਲਿਖੇ ਹੁਣ ਕਰ ਰਹੇ ਆਪਾਂ, ਬੜਾ ਪੈਸਾ ਖਰਾਬ ਨਾ ਕਰੀਏ, ਆਪਣਾ ਬਿਜ਼ਨਸ ਹੀ ਕਰ ਲਈਏ। ਕਿਉਂ ਨੌਕਰੀਆਂ ਕਰੋ ਉਸੇ 10-12 ਹਜ਼ਾਰ 'ਚ, ਕਿਸੇ ਚਲੋ ਸਾਰੀ ਜ਼ਿੰਦਗੀ ਫਿਰ 9 to 5 ਜੋਬ ਕਰੋ, ਘਰ ਨੂੰ ਟਾਈਮ ਦਿਓ, ਫਿਰ ਆਪਦੇ ਅਫਸਰਾਂ ਨੂੰ ਐਂ ਲੱਗੇ ਰਹੋ ਵੀ ਯਾਰ ਮੇਰੇ ਅਫਸਰ ਨੂੰ ਕੀ ਜੇ, ਖੁਸ਼ ਰੱਖੋ ਉਹਨੂੰ। ਉਹ ਮੈਂ ਕਿਸੇ ਦੀ ਗੁਲਾਮੀ ਤਾਂ ਕਦੇ ਕਰ ਹੀ ਨਹੀਂ ਸਕਦੀ, ਮੈਨੂੰ ਥੋੜ੍ਹਾ ਪੈਸਾ ਮਨਜ਼ੂਰ ਹੈ ਪਰ ਕਰਨੀ ਆਪਦੀ ਸਰਦਾਰੀ 'ਤੇ ਕੰਮ, ਬਸ ਤਾਂ ਕੰਮ ਸ਼ੁਰੂ ਕਰ ਲਿਆ। ਤੁਸੀਂ ਇੱਥੇ ਵੀ ਕੰਮ ਕਰਦੇ ਹੋ ਅਤੇ ਘਰੇ ਵੀ ਕਰਦੇ ਹੋ, ਥੋੜ੍ਹੇ ਔਖਾ ਨਹੀਂ ਲੱਗਦਾ? ਬਿਲਕੁਲ ਨਹੀਂ ਲੱਗਦਾ ਔਖਾ। ਦੇਖੋ ਇਨਸਾਨ ਰੱਬ ਨੇ ਕਿਹੋ ਜਿਹਾ ਬਣਾਇਆ ਨਾ, ਜਿੰਨਾ ਤੁਸੀਂ ਹੋਰ ਕਰੋਗੇ ਨਾ ਤੁਹਾਡਾ ਸਟੈਮਿਨਾ ਹੋਰ ਵਧੂਗਾ, ਹੋਰ ਵਧੂਗਾ, ਹੋਰ ਵਧੂਗਾ। ਜਿੰਨਾ ਤੁਸੀਂ ਘੱਟ ਕਰੋਗੇ ਨਾ ਕਿ ਨਹੀਂ ਯਾਰ ਆ ਤਾਂ ਮੈਂ ਕਰ ਨਹੀਂ ਸਕਦਾ, ਉਨਾ ਹੀ ਘਟੂਗਾ ਵੀ ਨਾ ਆਹ ਵੀ ਨਹੀਂ ਮੈਂ ਕਰ ਸਕਦਾ, ਆਹ ਵੀ ਹੁਣ ਮੈਂ ਇੰਨਾ ਕਰਦੀ ਹਾਂ, ਮੈਨੂੰ ਤਾਂ ਐਂ ਲੱਗਦਾ ਮੈਂ ਕਿੰਨਾ ਕੁ ਥੱਕੀ, ਇੱਥੇ ਵੀ ਕਰਦੀ ਹਾਂ, ਘਰੇ ਵੀ ਕਰਦੀ, ਮੈਨੂੰ ਨਹੀਂ ਐਂ ਲੱਗਦਾ ਮੈਂ ਬਹੁਤ ਕੰਮ ਕਰਦੀ ਹਾਂ। ਮੈਨੂੰ ਲੱਗਦਾ ਵੀ ਯਾਰ ਮੇਰੇ ਤੋਂ ਵੀ ਜ਼ਿਆਦਾ ਕਈ ਹੋਰ ਕੰਮ ਕਰਦੇ ਹੋਣਗੇ। ਕੰਮ ਕਰਕੇ ਤਾਂ ਨੀਂਦ ਹੀ ਕੰਮ ਕਰਕੇ ਆਉਂਦੀ ਹੈ ਜੀ, ਘਰੇ ਬੈਠੇ ਤਾਂ ਨੀਂਦ ਹੀ ਨਹੀਂ ਆਉਂਦੀ। ਕੋਈ ਚਾਰ ਦੀਵਾਰੀਆਂ 'ਚ ਬੈਠੇ ਰਹੋ, ਉਹੀ ਝਾੜੂ ਪੋਚਾ ਕਰੇ ਜਾਣ, ਤੁਸੀਂ ਲੇਡੀਜ਼ ਨੂੰ ਪੁੱਛ ਕੇ ਦੇਖ ਲਿਓ ਉਹਨਾਂ ਦੀ ਕਿੰਨੀ ਕੀ ਕਦਰ ਹੁੰਦੀ ਹੈ, ਘਰੇ ਉਹੀ ਝਾੜੂ ਪੋਚਾ, ਉਹੀ ਕੰਮ, ਉਹੀ ਬੱਚੇ ਸਾਹਮਣੇ ਅਗਲਾ ਕਹਿ ਦਿੰਦਾ ਯਾਰ ਕੀ ਕਰਦਾ, ਕੰਮ ਹੀ ਕਰ ਰਹੀ ਹੈ ਤੂੰ, ਕੌਣ ਪੁੱਛਦਾ ਉਹਨੂੰ ਰੋਟੀ ਵੀ ਖਾਧੀ ਹੈ ਕਿ ਨਹੀਂ ਖਾਧੀ ਹੈ ਤੂੰ। ਬੰਦਾ ਆਇਆ ਡਿਊਟੀ ਤਾਂ ਉਹਨੂੰ ਰੋਟੀ ਵੀ ਚਾਹੀਦੀ, ਕਿਸੇ ਨੇ ਨਹੀਂ ਪੁੱਛਣਾ ਲੇਡੀਜ਼ ਨੂੰ ਵੀ ਯਾਰ ਤੂੰ ਖਾ ਲਈ ਕਿ ਨਹੀਂ ਖਾ ਲਈ ਹੈ, ਉਹਦਾ ਤਾਂ ਕਹਿੰਦੇ 365 ਦਿਨ ਕੰਮ ਕਰੀ ਜਾਣਾ ਬਿਨਾਂ ਛੁੱਟੀ ਤੋਂ, ਬਿਨਾਂ ਤਨਖਾਹ ਤੋਂ, ਫਿਰ ਉਹਦਾ ਕੀ ਫਾਇਦਾ? ਹੁਣ ਮੈਂ ਇਹੀ ਕੰਮ ਬਾਹਰ ਕਰਦੀ ਹਾਂ, ਅਗਲਾ 4 ਬੰਦਾ ਕਹਿੰਦਾ ਯਾਰ ਹੁਣ ਤੁਸੀਂ ਤਾਂ ਹੀ ਮੈਨੂੰ ਪੁੱਛ ਰਹੇ ਵੀ ਤੁਸੀਂ ਸਕਦੇ ਨਹੀਂ, ਤੁਸੀਂ ਮੈਨੂੰ ਘਰੇ ਆ ਕੇ ਪੁੱਛਦੇ ਵੀ ਤੁਸੀਂ ਥੱਕਦੇ ਨਹੀਂ ਯਾਰ ਕੰਮ ਕਰਕੇ, ਇੱਥੇ ਕਰਦੇ ਤਾਂ ਹੀ ਨਾ। ਉਹੀ ਹੈ ਜੀ, ਇਹ ਕਦਰ ਆਪਣੀ ਪਾਉਣੀ ਪੈਂਦੀ ਹੈ ਇਸ ਦੁਨੀਆਂ 'ਚ। ਜੇ ਘਰੇ ਬੈਠੇ ਰਹੋਗੇ ਨਾ ਕੋਈ ਨਹੀਂ ਪੁੱਛੇਗਾ ਤੁਹਾਨੂੰ, ਸਾਰੇ ਕਰਦੇ, ਰਿਸ਼ਤੇਦਾਰ ਵੀ ਕਹਿੰਦੇ ਸਾਰੇ ਕਰਦੇ। ਇੱਕ ਸਮਾਜਿਕ ਤਾਣੇ ਬਾਣੇ ਨੂੰ ਕਿਵੇਂ ਦੇਖਦੇ ਆ? ਜਿਹੜਾ ਔਰਤ ਆ ਤੁਸੀਂ ਜਿਵੇਂ ਕਾਫੀ ਆ ਜਾਂਦੇ, ਜਲਦੀ ਆ ਜਾਂਦੇ, ਫਿਰ ਲੇਟ ਜਾਂਦੇ ਆ, ਆਸ ਪਾਸ ਦੇ ਲੋਕ ਲੇਡੀਜ਼ ਜਾਂ ਕੋਈ ਹੋਰ ਤਰ੍ਹਾਂ ਦੀ ਸਮੱਸਿਆ ਤਾਂ ਨਹੀਂ ਆਉਂਦੀ? ਮੇਰਾ ਤਾਂ ਇੱਕੋ ਹੀ ਫੰਡਾ ਹੈ ਵੀ ਜੇ ਜਨਾਨੀ ਆਪਣੇ ਉਸੂਲਾਂ ਤੇ ਖੜੀ ਹੈ,
ਕਿਸੇ ਦੀ ਮਜਾਲ ਨਹੀਂ ਝਾਕ ਸਕੇ। ਪਰ ਜੇ ਆਪਾਂ ਹੀ ਉਹੋ ਜਿਹਾ ਰਿਸਪੋਂਸ ਦੇਵਾਂਗੇ ਫਿਰ ਪ੍ਰੋਫੈਸ਼ਨਲੀ ਅਸੀਂ ਕੰਮ ਕਰੀਦਾ, ਕੋਈ ਬੋਲ ਕੇ ਦਿਖਾਵੇ ਕੋਈ ਨਹੀਂ ਪੁੱਛਦਾ। ਬਾਕੀ ਸਾਰਾ ਬਠਿੰਡਾ ਇਹਨਾਂ ਨੂੰ ਜਾਣਦਾ ਜੀ, ਭਾਵੇਂ ਲੜੇ ਪਿੜੇ ਸਭ ਜਾਣਦੇ ਵੀ ਘਰ ਵਾਲੀ ਕਿਹਦੀ ਹੈ ਤੇ ਕੌਣ ਹੈ। 14 ਸਾਲ ਮੇਰੇ ਬਿਆਨ ਹੋ, ਮੈਂ ਕਾਲਜ ਵੀ ਗਈ ਹਾਂ, ਮੈਨੂੰ ਕੋਈ ਇਹ ਨਹੀਂ ਕਹਿ ਸਕਦਾ ਮੈਂ ਕਿਸੇ ਨਾਲ ਬੈਠ ਕੇ ਆ ਗਈ ਜਾਂ ਕਿਸੇ ਨਾਲ ਮੈਂ ਹੱਸ ਲਈ। ਆਪਦਾ ਸਿੱਧਾ ਜਾਈ ਦਾ ਕਿਸੇ ਦੀ ਮਜਾਲ ਨਹੀਂ ਹੁੰਦੀ ਜੀ, ਇਹ ਤਾਂ ਸਿਰਫ ਨਾ ਹਵਾ ਬਣਾਇਆ। ਸਾਰੇ ਬੰਦੇ ਵੀ ਮਾੜੇ ਨਹੀਂ ਹੈ ਤੇ ਸਾਰੀ ਬੁੜੀਆਂ ਵੀ ਚੰਗੀਆਂ ਨੇ। ਮੈਂ ਖੁਦ ਕਹਿ ਰਹੀ ਹਾਂ ਵੀ ਸਾਰੇ, ਹੁਣ ਤੁਸੀਂ ਐਂ ਦੇਖ ਲਓ ਮੈਂ ਇਕੱਲੀ ਆ, ਖੋਲ ਕੇ ਬਹਿ ਜਾ, ਮੇਰੇ ਕੋਲ ਭੀੜ ਲੱਗੀ ਹੋਊਗੀ, ਕੋਈ ਬੰਦਾ ਖੋਲ ਕੇ ਬਹਿ ਜਾ ਕੋਈ ਨਹੀਂ ਪੁੱਛਦਾ। ਕੋਈ ਲੇਡੀਜ਼ ਡਿੱਗੀ ਹੋਵੇ ਉਹਨੂੰ 4 ਬੰਦੇ ਚੱਕਣ, ਕੋਈ ਬੰਦਾ ਡਿੱਗਿਆ ਅਗਲਾ ਕਹਿੰਦਾ ਨਸ਼ੇ ਨੂੰ ਚੁਕਾ ਪੀੜ ਡਿੱਗਿਆ ਯਾਰ। ਇਹ ਸੋਚ ਹੈ ਜੀ, ਸੋਚ ਹੈ ਲੋਕਾਂ ਦੀ। ਹੁਣ ਜਿਹੜਾ ਇਸ ਕੰਮ ਕਰਦੇ ਹੋ, ਜਿਹੜਾ ਰੁਜ਼ਗਾਰ ਆ ਉਹ ਕੀ ਚੱਲਦਾ? ਬਹੁਤ ਵਧੀਆ ਚੱਲਦਾ ਜੀ, ਸਬਰ ਰੱਖੋਗੇ ਤਾਂ ਇਹਦੇ 'ਚ ਵੀ ਬਹੁਤ ਵਧੀਆ। ਸਬਰ ਨਹੀਂ ਹੋਊਗਾ ਤਾਂ ਕਰੋਨਾ ਵੀ ਕਮਾ ਲਓ, ਉਹਦੇ 'ਚ ਵੀ ਸਬਰ ਨਹੀਂ ਹੈ ਸਾਨੂੰ ਤਾਂ ਇਹਦੇ 'ਚ ਬਹੁਤ ਹੈ। ਨਾਲੇ ਪਤਾ ਕੀ ਹੁੰਦਾ ਜੀ, ਇੱਕ ਹੁੰਦਾ ਕਿ ਮਿਹਨਤ ਦੀ ਕਮਾਈ, ਬਾਬਾ ਨਾਨਕ ਨੇ ਕਿਹਾ ਸੀ ਮਿਹਨਤ ਦੀ ਕਮਾਈ, ਸੱਚੇ ਮਨ ਦੀ ਕਮਾਈ। ਅਸੀਂ ਨਾ ਕਹਿੰਦੇ ਵੀ ਸਾਨੂੰ ਟਾਈਮ ਦਿਓ, ਅਸੀਂ ਤੁਹਾਨੂੰ ਅੱਛਾ ਬਣਾ ਕੇ ਦੇਈਏ, ਤੁਸੀਂ ਖੁਸ਼ ਹੋ ਕੇ ਜਾਓ। ਜਦੋਂ ਗਾਹਕ ਕਾਹਲੀ ਕਰਦਾ ਨਾ, ਅਸੀਂ ਆਪ ਹੀ ਕਹਿ ਦਿੰਦੇ ਵੀ ਬਈ ਇੰਨਾ ਟਾਈਮ ਲੱਗੂ, ਖੜਨਾ ਤਾਂ ਖੜੋ। ਤੁਸੀਂ ਅੱਜ ਸਾਡੇ ਕੋਲ ਖਾ ਕੇ ਜਾਓਗੇ, ਫਿਰ ਕਹੋਗੇ ਨਹੀਂ ਯਾਰ ਅੱਛਾ ਨਹੀਂ ਬਣਿਆ, ਹੁਣ ਅਸੀਂ ਐਂ ਤਾਂ ਕਹਿ ਨਹੀਂ ਸਕਦੇ ਵੀ ਤੁਸੀਂ ਕਾਹਲ ਕਰ ਰਹੇ ਸੀ। ਆਰਾਮ ਨਾਲ ਟਾਈਮ ਦਿਓ ਸਾਨੂੰ, ਅਸੀਂ ਤੁਹਾਨੂੰ ਅੱਛਾ ਬਣਾ ਕੇ ਦੇਈਏ। ਅਸੀਂ ਗਾਹਕ ਬਣਾਉਣਾ ਹੈ, ਐਂ ਨਹੀਂ ਵੀ ਖਾ ਲਿਆ ਤਾਂ ਖਾ ਲਿਆ, ਮੁੜ ਕੇ ਇਹਨੇ ਕਿਹੜਾ ਆਉਣਾ ਗਾ। ਇੱਥੇ ਕਈ ਲੋਕ ਐਂ ਕਰਦੇ ਵੀ ਯਾਰ ਚੱਲਦਾ ਰਹਾ ਹੈ, ਗਾਹਕ ਇੱਕ ਵਾਰੀ ਆਊਗਾ ਦੁਬਾਰਾ ਪਤਾ ਨਹੀਂ ਆਊਗਾ ਕਿ ਨਹੀਂ ਆਊਗਾ, ਪਰ ਅਸੀਂ ਇਹ ਨਹੀਂ ਸੋਚਦੇ, ਅਸੀਂ ਕਹਿੰਦੇ ਵੀ ਯਾਰ ਵਧੀਆ ਖਾਓ, ਕਿਉਂਕਿ ਅਸੀਂ ਆਪ ਵਧੀਆ ਖਾਂਦੇ ਹਾਂ। ਉਹ ਚੀਜ਼ ਅਸੀਂ ਆਪ ਬਣਾ ਕੇ ਬੱਚਿਆਂ ਵਾਸਤੇ ਲੈ ਕੇ ਜਾਂਦੇ, ਮਾੜਾ ਕਿਉਂ ਖਾਇਆ ਹੀ ਨਹੀਂ ਤਾਂ ਖਵਾਈਏ ਕਿਉਂ। ਤੁਸੀਂ ਜਿਹੜੀ ਰਾਹ ਚੱਲਦੇ ਦੀ ਗੱਲ ਕੀਤੀ ਬਹੁਤ ਵਧੀਆ ਜੀ, ਹਮੇਸ਼ਾ ਜਿਹੜੇ ਲੋਕ ਆ ਕਈ ਇਹ ਸੋਚਦੇ ਵੀ ਜਿੱਥੇ ਰੋਡ ਤੇ ਜਿੱਥੇ ਰਾਹ ਚੱਲਦਾ ਹੋਵੇ ਨਹੀਂ ਖਾਣੀ ਚਾਹੀਦੀ, ਉੱਥੇ ਕੁਆਲਿਟੀ ਮਾੜੀ ਹੁੰਦੀ। ਹਾਂਜੀ, ਇਹ ਪਤਾ ਕੀ ਹੈ ਜੀ, ਹਾਂ ਹੁੰਦਾ ਵੀ ਹੈ, ਐਵੇਂ ਨਹੀਂ ਲੋਕ ਕਹਿੰਦੇ ਵੀ ਆਪਾਂ ਦੇਖਦੇ ਵੀ ਰਹਿੰਦੇ ਹੈਗੇ, ਪਰ ਇਹ ਹੈਗਾ ਕਿ ਜਦੋਂ ਆਪਾਂ ਖਾਂਦੇ ਹਾਂ ਨਾ ਕਿਤੇ ਵੀ, ਆਪਾਂ ਨੂੰ ਜੇ ਆਪਾਂ ਨੂੰ ਇੰਨਾ ਪਤਾ ਹੈ ਨਾ ਆਪਾਂ ਆਸੇ ਪਾਸੇ ਖਾਂਦੇ ਨੇ, ਆਪਾਂ ਨੂੰ ਖਾ ਕੇ ਪਤਾ ਲੱਗ ਜੂਗਾ। ਕਈ ਗਾਹਕ ਸਾਡੇ ਕੋਲ ਇਹੋ ਜਿਹੇ ਆਉਂਦੇ, ਉਹ ਸਾਨੂੰ ਪੁੱਛ ਲੈਂਦੇ ਸੌਸ ਕਿਹੜੀ ਵਰਤਦੇ, ਕਿਉਂਕਿ ਅਸੀਂ ਵਧੀਆ ਸੌਸ ਵਰਤਦੇ ਵੀ ਅਸੀਂ ਹੋਰਾਂ ਤੋਂ ਖਾਂਦੇ, ਇਹ ਸੌਸ ਦਾ ਟੇਸਟ ਕੁਛ ਹੋਰ ਹੈ। ਅਸੀਂ ਕਹਿੰਦੇ ਵੀ ਸਾਨੂੰ ਘੱਟ ਬਚੇ, 15-20 ਰੁਪਏ ਸਾਨੂੰ ਘੱਟ ਬਚੇ, ਕੋਈ ਚੱਕਰ ਨਹੀਂ ਹੈ ਜੀ, ਥੋੜ੍ਹੇ 'ਚ ਸਬਰ ਕਰ ਲਾਂਗੇ। ਬਚਾਉਣ ਨੂੰ ਤੁਸੀਂ ਬਹੁਤ ਕੁਝ ਬਚਾ ਸਕਦੇ ਹੈ, ਕਈ ਲੋਕ ਨੈਪਕਿਨ ਬਾਹਰ ਨਹੀਂ ਰੱਖਦੇ, ਸੌਸਿਸ ਬਾਹਰ ਨਹੀਂ ਰੱਖਦੇ ਵੀ ਕਸਟਮਰ ਉਹੀ ਚੱਕ ਕੇ ਲੈ ਜਾਂਦੇ, ਸਾਨੂੰ ਇਹਨਾਂ ਚੀਜ਼ਾਂ ਨਾਲ ਕੋਈ ਇਹ ਪਤਾ ਇਹ ਚੀਜ਼ਾਂ ਉਹ ਗੌਰ ਕਰਦੇ ਹੈ ਜਿਨ੍ਹਾਂ ਨੇ ਕਦੇ ਜਾਂ ਤਾਂ ਕੁਛ ਦੇਖਿਆ ਹੀ ਨਾ ਹੋਵੇ ਜਾਂ ਬਾੜੀ ਭੁੱਖ ਵਸੀ ਹੋਵੇ। ਆਪਾਂ ਦੇਖਿਆ ਵੀ ਸਾਰਾ ਕੁਛ ਹੈ ਤੇ ਭੁੱਖ ਵੀ ਆਪਾਂ ਤੇ ਵਸੀ ਨਹੀਂ, ਆਪਾਂ ਕਹਿੰਦੇ ਵੀ ਯਾਰ ਕੋਈ ਗੱਲ ਨਹੀਂ ਘੱਟ ਕਮਾ ਲਾਂਗੇ, ਪਰ ਵਧੀਆ ਕਸਟਮਰ ਬਣਾਵਾਂਗੇ ਵੀ ਯਾਰ ਯਾਦ ਰੱਖੇ ਬੰਦਾ ਵੀ ਯਾਰ ਖੜ ਕੇ ਖਾਵਾਂਗੇ, ਲੈਣ ਲੱਗ ਜੇ ਭਾਵੇਂ ਪਰ ਖਾਵਾਂਗੇ ਉੱਥੇ। ਜਿਹੜੇ ਗ੍ਰਾਹਕ ਆ ਉਹਨਾਂ ਪ੍ਰਤੀ ਕੋਈ ਨਾਰਾਜ਼ਗੀ ਹੈ, ਜਿਵੇਂ ਬਹੁਤ ਸਾਰੇ ਗਾਹਕ ਆ ਕਈ ਪੈਸੇ ਨਹੀਂ ਦੇ ਕੇ ਜਾਂਦੇ ਜਾਂ ਗਲਤ ਕਮੈਂਟ ਕਰਦੇ ਆ ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਸਮਾਜ 'ਚ ਦੇਖਣ ਨੂੰ ਮਿਲਦੀਆਂ, ਕਦੇ ਇਸ ਤਰ੍ਹਾਂ ਦਾ ਹੋਇਆ? ਕਈ ਵਾਰ ਸਾਡੇ ਨਾਲ ਹੋਇਆ, ਗਾਹਕ ਇੱਥੇ ਖਾ ਕੇ ਜਾ ਵੜਦੇ ਆ, ਬਾਅਦ 'ਚ ਸਾਨੂੰ ਪਤਾ ਲੱਗਦਾ ਵੀ ਯਾਰ ਤੂੰ ਪੈਸੇ ਨਹੀਂ ਦੇ, ਕਈ ਵਾਰੀ 700 ਬਣ ਜਾਂਦਾ, 800 ਬਣ। ਅਸੀਂ ਕਹਿੰਦੇ ਵੀ ਬਾਬਾ ਨਾਨਕ ਕੋਈ ਗੱਲ ਨਹੀਂ, 700 ਨਾਲ ਉਹਨਾਂ ਨੇ ਵੀ ਨਹੀਂ ਮਹਿਲ ਮਨਾਰੇ ਪਾ ਲੈਣੇ, ਆਪਾਂ ਵੀ ਨਹੀਂ ਪਾ ਲੈਣੇ, ਕੋਈ ਚੱਕਰ ਨਹੀਂ ਹੈ, ਲੈ ਗਿਆ ਲੈ ਗਿਆ, ਕਿਸਮਤ ਤਾਂ ਨਹੀਂ ਲੈ ਗਿਆ ਨਾ ਆਪਣੀ, ਕੀ ਪਤਾ ਬਾਬਾ ਨਾਨਕ ਉਹ ਤੋਂ ਵੱਧ ਦੇਵੇ ਆਪਾਂ ਨੂੰ। ਨਾ ਤਾਂ ਆਪਾਂ ਕਦੇ ਰੋਕਿਆ ਗਾਹਕ ਨੂੰ ਬਾਈ ਤੂੰ ਪੈਸੇ ਨਹੀਂ ਦਿੱਤੇ ਸਾਡੇ, ਨਾ ਅਸੀਂ ਕਦੇ ਪਿੱਛੇ ਭੱਜਿਆ। ਜੇ ਉਹ ਤੇ ਇਨਸਾਨੀਅਤ ਹੋਊਗੀ ਉਹ ਦਊਗਾ, ਜੇ ਉਹੀ ਉਹ ਭੁੱਲ ਗਿਆ ਤਾਂ ਆਪਾਂ ਉਹਦਾ ਕਸੂਰ ਨਹੀਂ ਕਹਿ ਸਕਦੇ, ਭੁੱਲ ਵੀ ਜਾਂਦਾ ਬੰਦਾ। ਕਿਸੇ ਦੇ 700 ਰੁਪਏ ਮਾਰ ਕੇ 100 ਰੁਪਏ ਮਾਰ ਕੇ ਤੁਸੀਂ ਕਦੇ ਵੀ ਜ਼ਿੰਦਗੀ ਨਹੀਂ ਕੱਟ ਸਕਦੇ। ਕੀ ਹੋ ਜਾਊਗਾ ਜੀ 700 ਨਾਲ, 100 ਨਾਲ, 500 ਨਾਲ, ਕੁਛ ਨਹੀਂ। ਅੱਜ ਤੁਸੀਂ ਐਂ ਕਰ ਜਾਓਗੇ ਫਿਰ ਤੁਹਾਡਾ ਫਿਰ ਅੰਦਰ ਮਨ ਮਰਿਆ ਹੀ ਪਿਆ ਨਾ, ਵੀ ਤੁਸੀਂ ਮਿਹਨਤ ਕਰ ਅਗਲਾ ਉਹਦੇ ਖਾ ਕੇ ਗਏ ਹੋ। ਪਰ ਅਸੀਂ ਕਦੇ ਨਹੀਂ ਆ ਗੌਰ ਕਰ, ਚਲ ਗਿਆ ਵੀ ਗਿਆ, ਅੱਜ ਕੱਲ੍ਹ ਤਾਂ ਹੁੰਦਾ ਹੀ ਨਹੀਂ ਨਾ, ਅੱਜ ਕੱਲ੍ਹ ਅਗਲਾ ਦੇ ਜਾਂਦਾ ਵੀ ਨਹੀਂ ਯਾਰ ਹੁਣ ਤਾਂ ਕਾਫੀ ਲੋਕਾਂ 'ਚ ਸੁਧਾਰ ਆ ਗਿਆ ਵੀ ਯਾਰ ਮਿਹਨਤ ਕਰ ਰਿਹਾ ਜੋੜਾ ਦੇ ਕੇ ਜਾਓ। ਥੈਂਕ ਯੂ। ਤੁਸੀਂ ਸੁਣੀ ਲਿਆ ਗੱਲਾਂ ਬਾਤਾਂ ਬੜੀਆਂ ਇਹਨਾਂ ਨੇ ਰੌਚਕ ਕੀਤੀਆਂ, ਔਰ ਭੈਣ ਬਹੁਤ ਹੀ ਜਾਗਰੂਕ ਆ ਕਿਉਂਕਿ ਉਹਨਾਂ ਨੇ ਮੈਰਿਜ ਤੋਂ ਬਾਅਦ ਵੀ ਜਿਹੜੀ ਪੜ੍ਹਾਈ ਕੀਤੀ ਆ ਤੇ ਉਹਨਾਂ ਨੇ ਬੜੀਆਂ ਹੀ ਵਧੀਆ ਜ਼ਿੰਦਗੀ ਦੇ ਤਜਰਬੇ, ਤੇ ਮੈਨੂੰ ਲੱਗਦਾ ਵੀ ਖਾਸ ਕਰ ਔਰਤਾਂ ਨੂੰ ਇਹਨਾਂ ਗੱਲਾਂ ਵੱਲ ਜ਼ਰੂਰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਤਾਂ ਕਿ ਜਿਹੜੇ ਤਰ੍ਹਾਂ ਦੇ ਕੋਈ ਗਲਤ ਕੰਮਾਂ ਵਿੱਚ ਜਿਹੜੇ ਉਹਨਾਂ ਦੇ ਘਰ ਵਾਲੇ ਜਾਂ ਪਰਿਵਾਰ ਦੇ ਮੈਂਬਰ ਪਏ ਆ ਉਹਨਾਂ ਨੂੰ
ਨਿਕਲਣ ਦਾ ਮੌਕਾ ਦਾਜ ਕੇ ਜਾਂ ਉਹਨਾਂ ਨੂੰ ਕੱਢਿਆ ਜਾ ਸਕੇ ਤਾਂ ਤੁਸੀਂ ਇਸ ਤੇ ਜ਼ਰੂਰ ਆਪਣੀ ਕਮੈਂਟ ਰੂਪ ਤੇ ਪ੍ਰਤੀਕਿਰਿਆ ਦਿਓ ਵੀ ਇਹ ਜਿਹੜੀ ਸਟੋਰੀ ਆ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ। ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ ਪਾਲ ਸਿੰਘ।